ਗੱਲਬਾਤ ਚੱਲ ਰਹੀ ਸੀ ਭਾਈ ਦਿਲਬਾਗ ਸਿੰਘ ਦੇ ਨਾਲ ਬੇਗਮਪੁਰਾ ਖਾਲਸਾ ਰਾਜ ਵਾਸਤੇ। ਬ੍ਰੇਕ ਤੋਂ ਬਾਅਦ ਅਸੀਂ ਦੁਬਾਰਾ ਫਿਰ ਹਾਜ਼ਰ ਹਾਂ। ਮੈਂ ਤੁਹਾਡਾ ਹੋਸਟ ਤੇ ਦੋਸਤ ਅਮਰੀਕ ਸਿੰਘ ਬਲਵਾਲ। ਗੱਲਬਾਤ ਨੂੰ ਜਾਰੀ ਰੱਖਦੇ ਹੋਏ ਮੈਂ ਅਗਲਾ ਸਵਾਲ ਭਾਈ ਦਿਲਬਾਗ ਸਿੰਘ ਜੀ ਤੋਂ ਕਰਦਾ। ਨਾਲ ਦੀ ਨਾਲ ਮੈਂ ਬੇਨਤੀ ਕਰਦਾ ਕਿ ਤੁਸੀਂ ਵੀ ਜਿਹੜੇ ਪ੍ਰੋਗਰਾਮ ਸੁਣ ਰਹੇ ਹੋ ਮੈਨੂੰ ਮਹਿਕ ਦਾ ਪੰਜਾਬ ਦੇ ਫੇਸਬੁੱਕ ਅਕਾਊਂਟ ਤੇ ਕੋਈ ਵੀ ਮੈਸੇਜ, ਕੋਈ ਵੀ ਕੁਐਸਚਨ ਤੁਹਾਡਾ ਹੋਵੇ ਤੁਸੀਂ ਇਨਬੋਕਸ ਕਰ ਸਕਦੇ ਹੋ, ਮੈਂ ਔਨ ਏਅਰ ਪੁੱਛਣ ਦੀ ਕੋਸ਼ਿਸ਼ ਕਰਾਂਗਾ। ਜੀ ਭਾਈ ਦਿਲਬਾਗ ਸਿੰਘ ਜੀ, ਆਪਾਂ ਗੱਲ ਕੀਤੀ ਹਿੰਦੂ ਰਾਸ਼ਟਰਵਾਦ ਦੀ, ਤੇ ਆਪਾਂ ਗੱਲ ਕੀਤੀ ਬੇਗਮਪੁਰ ਤੇ ਖਾਲਸਾ ਰਾਜ ਦੀ, ਆਪਾਂ ਗੱਲ ਕੀਤੀ ਭਗਤ ਸਾਹਿਬਾਨਾਂ ਦੀ ਬਾਣੀ ਦੀ। ਹੁਣ ਅਗਲਾ ਜੋ ਸਟੈਪ ਹੈ ਕਿ ਹਿੰਦੂ ਰਾਸ਼ਟਰਵਾਦ ਦੀ ਜੋ ਸੋਚ ਹੈ ਉਸ ਨੂੰ ਲਾਗੂ ਕਰਨ ਵਿੱਚ RSS ਦਾ ਬਹੁਤ ਵੱਡਾ ਯੋਗਦਾਨ ਹੈ। ਖੋਜ ਕਰਨ ਤੇ ਪਤਾ ਲੱਗਦਾ ਕਿ RSS ਦੇ ਬਹੁਤ ਸਾਰੇ ਵਿੰਗ ਰਹੇ, ਜਿਸ ਦੇ ਵਿੱਚੋਂ ਇੱਕ ਵਿੰਗ ਰਾਸ਼ਟਰੀ ਸਿੱਖ ਸੰਗਤ, ਜੋ ਸਿੱਖਾਂ ਨੂੰ ਗੁੰਮਰਾਹ ਕਰਨ ਵਾਸਤੇ ਵੀ ਬਣਾਇਆ ਗਿਆ। ਇਸ ਤਰੀਕੇ ਦੇ ਹੋਰ ਬਹੁਤ ਸਾਰੇ ਵਿੰਗ ਬਣੇ ਹੋਏ ਹਨ। ਸੋ RSS ਦੀ ਕਾਰਜਕਾਰਨੀ ਨੂੰ ਵੀ ਤੁਸੀਂ ਸਾਡੇ ਸਰੋਤਿਆਂ ਦੇ ਸਾਹਮਣੇ ਲੈ ਕੇ ਆਓ ਕਿ ਕਿਵੇਂ RSS ਕੰਮ ਕਰਦੀ ਹੈ ਔਰ RSS ਦੇ ਤਰੀਕੇਕਾਰ ਕੀ ਨੇ, ਕਿਵੇਂ ਸਾਡੇ ਵਿੱਚ, ਸਾਡੇ ਧਾਰਮਿਕ ਸਥਾਨਾਂ ਦੇ ਵਿੱਚ ਸਾਡੀਆਂ ਮਹੱਤਵਪੂਰਨ ਸੰਸਥਾਵਾਂ, ਸਾਡੀਆਂ ਟਕਸਾਲਾਂ, ਸਾਡੀਆਂ ਸੰਪਰਦਾਵਾਂ ਦੇ ਵਿੱਚ ਬੰਦੇ ਪਲਾਂਟ ਕੀਤੇ ਤੇ ਕਿਵੇਂ ਬਾਬਾ ਕਲਚਰ ਨੂੰ ਪ੍ਰਮੋਟ ਕਰਕੇ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਦੇ ਨਾਲ ਤੋੜਿਆ ਗਿਆ ਤੇ ਬੁੱਤ ਪ੍ਰਸਤੀ ਵੱਲ ਲੈ ਕੇ ਗਏ। ਇਹ ਸਾਰੀਆਂ ਗੱਲਾਂ ਬਾਤਾਂ ਬਾਰੇ ਤੁਸੀਂ ਆਪਣੇ ਵਿਚਾਰ ਸਾਡੇ ਸਰੋਤਿਆਂ ਨਾਲ ਸਾਂਝੇ ਕਰੋ। ਜੀ ਭਾਈ ਦਿਲਬਾਗ ਸਿੰਘ ਜੀ। ਹਾਂਜੀ ਅਮਰੀਕ ਸਿੰਘ ਬਲੋ ਜੀ, ਗੱਲ ਇਸ ਤਰੀਕੇ ਨਾਲ ਜਿੱਦਾਂ ਪਹਿਲਾਂ ਆਪਾਂ ਗੱਲ ਕਰਦੇ ਸੀ ਵੀ ਜੋ ਗੁਰੂ ਗ੍ਰੰਥ ਸਾਹਿਬ ਹੈ ਨਾ, ਇਹ ਭਾਰਤ ਦਾ ਗ੍ਰੰਥ ਹੈ, ਭਾਰਤ ਦੇ ਲੋਕਾਂ ਦੀ ਆਜ਼ਾਦੀ ਦਾ ਕਨਸੈਪਟ ਹੈ, ਇਹ ਖਾਲਿਸਤਾਨ ਦੀ, ਬੇਗਮਪੁਰੇ ਦੀ, ਖਾਲਸਾ ਰਾਜ ਦੀ ਆਜ਼ਾਦੀ ਦਾ ਕਨਸੈਪਟ ਹੈ, ਸ਼ੂਦਰਾਂ ਦੀ ਜਿਹੜੇ 85% ਜਿਹੜੇ 743 ਜਾਤਾਂ ਚ ਵੰਡੇ ਆ। ਹੁਣ ਜੋ ਕੁਰਾਨ ਸ਼ਰੀਫ ਹੈ, ਬਾਈਬਲ ਆ, ਉਹਨਾਂ ਨੂੰ ਜਾਤ ਪਾਤ ਦਾ ਨੀ ਪਤਾ, ਉਹਨਾਂ ਨੂੰ ਵਰਨ ਵਿਵਸਥਾ ਨੀ ਪਤਾ, ਕਿਉਂਕਿ ਇਹ ਬਾਹਰਲੇ ਧਰਮ ਨੇ। ਇਹ ਧਰਮ ਸਿਰਫ ਸਾਡੇ ਲੋਕਾਂ ਨੇ ਬ੍ਰਾਹਮਣਾਂ ਤੋਂ ਤੰਗ ਆ ਕੇ, ਹਿੰਦੂਵਾਦ ਤੋਂ ਤੰਗ ਆ ਕੇ ਸਾਡੇ ਲੋਕਾਂ ਨੇ ਇਹ ਧਰਮ ਅਪਣਾਏ ਆ, ਰਾਈਟ। ਹੁਣ ਜਦੋਂ RSS ਕਹਿੰਦੀ ਆ ਕਿ ਮੈਂ ਵੇਦ ਸ਼ਾਸਤਰ ਲਾਗੂ ਕਰਨੇ ਆ, ਮੈਂ ਮਨੁ ਸਿਮਰਤੀ ਲਾਗੂ ਕਰਨੀ ਆ, ਜਿਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਰਿਜੈਕਟ ਕਰਦਾ, ਹੁਣ ਉਹਨਾਂ ਨੇ ਤਾਂ ਆਪਣਾ ਨੈਟਵਰਕ ਜਿਹੜਾ ਜਾਲ ਵਿਛਾਉਣਾ ਸ਼ੁਰੂ ਕਰ ਦਿੱਤਾ 1925 ਤੋਂ, ਨਾ ਬਰਾਬਰਤਾ ਦਾ ਰਾਜ ਪੈਦਾ ਕਰਨ ਦੇ ਲਈ, ਔਰ ਤੁਹਾਨੂੰ ਹੀ ਖਰੀਦ ਕੇ, ਸ਼ੂਦਰਾਂ ਚੋਂ ਹੀ ਬੰਦੇ ਖਰੀਦ ਕੇ ਉਹਨਾਂ ਨੇ ਤੇ ਤੁਹਾਡਾ ਜਿਹੜਾ ਆ ਸ਼ੋਸ਼ਣ ਕਰਨਾ ਸ਼ੁਰੂ ਕਰ ਦਿੱਤਾ, ਤੁਹਾਡੇ ਜਿਹੜੇ ਅਦਾਰੇ ਆ ਉਹਨਾਂ ਵਿੱਚ ਵੜਨਾ ਸ਼ੁਰੂ ਕਰ ਦਿੱਤਾ, ਤੇ ਅਸੀਂ ਕਿੱਥੇ ਬੈਠੇ ਹਾਂ? ਜੋ ਗੁਰੂ ਗ੍ਰੰਥ ਸਾਹਿਬ ਸਾਡੇ ਖਾਲਸਾ ਰਾਜ ਦੀ ਗੱਲ ਕਰਦਾ, ਬੇਗਮਪੁਰੇ ਦੀ ਗੱਲ ਕਰਦਾ, ਖਾਲਿਸਤਾਨ ਦੀ ਗੱਲ ਕਰਦਾ, ਆਜ਼ਾਦੀ ਦੀ ਗੱਲ ਕਰਦਾ, ਜਿੱਥੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਭਾਰਤ ਦਾ ਗ੍ਰੰਥ ਬਣਾਉਣਾ ਸੀ, ਜਿੱਥੇ 10ਵੇਂ ਪਾਤਸ਼ਾਹ ਨੂੰ ਰਾਸ਼ਟਰਪਿਤਾ ਬਣਾਉਣਾ ਸੀ, ਉੱਥੇ ਅਸੀਂ ਚੁੱਪ ਕਰਕੇ ਬੈਠੇ ਹਾਂ, ਉੱਥੇ ਅਸੀਂ ਰੁਮਾਲਿਆਂ ਦੇ ਅੰਦਰ ਢੱਕਿਆ ਗੁਰੂ ਗ੍ਰੰਥ ਸਾਹਿਬ ਨੂੰ, ਉੱਥੇ ਅਸੀਂ ਲੋਕਾਂ ਦਾ ਦਿਮਾਗ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਤਾਬਕ ਚਲਾਉਣ ਦੇ ਲਈ ਕੀ ਕੋਸ਼ਿਸ਼ ਕਰ ਰਹੇ ਹਾਂ? ਜੀਰੋ, ਆਪਣੀ ਜੀਰੋ ਕੋਸ਼ਿਸ਼ ਹੈ। ਔਰ RSS ਸਾਡੇ ਸਾਰਾ ਜੋ ਕੰਟਰੋਲ ਆ, ਜੋ ਗਿਆਨੀ ਦੇਵ ਸਿੰਘ ਜੀ ਵੇਲੇ ਸੀਗਾ ਉਹਦੇ ਨਾਲੋਂ ਵੀ ਵੱਧ ਕੰਟਰੋਲ ਸਾਡੇ ਇਸ ਵੇਲੇ ਹੋ ਚੁੱਕਾ। RSS ਨੇ ਕਲਾਸ ਸਿਸਟਮ ਚਲਾ ਕੇ ਹਿੰਦੂ ਆਈਡੀਓਲੋਜੀ ਨੂੰ ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਤੁਹਾਡਾ ਲੱਕ ਤੋੜਿਆ, ਬਾਬਾਵਾਦ ਪੈਦਾ ਕਰ ਦਿੱਤਾ ਤੁਹਾਡੇ ਵਿੱਚ। ਆਓ ਬਈ ਇਕੱਲਾ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਹਾਂ, ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹ ਕੇ ਰਾਸਤਾ ਦੱਸਣ ਵਾਲਾ ਬੰਦਾ ਤੁਹਾਨੂੰ ਚਾਹੀਦਾ ਤੇ ਗੁਰੂ ਡੰਮ ਪੈਦਾ ਕਰਤਾ ਤੁਹਾਡੇ 'ਚ। ਹੁਣ ਦੱਸੋ ਜਿੰਨੇ ਪਿੰਡ ਆ ਉਹਨਾਂ ਵੱਧ ਤੁਹਾਡੇ ਡੇਰੇ ਆ, ਤੇ ਲੋਕੀ ਗੁਰੂ ਗ੍ਰੰਥ ਸਾਹਿਬ ਨੂੰ ਥੋੜ੍ਹਾ ਸੁਣਨ ਜਾਂਦੇ ਉੱਥੇ, ਉੱਥੇ ਉਹਨਾਂ ਨੂੰ ਮੱਥਾ ਟੇਕ ਕੇ ਆਪਣੇ ਕੈਂਸਰ ਠੀਕ ਕਰਾਉਣ ਜਾਂਦੇ, ਹੋਰ ਬਿਮਾਰੀਆਂ ਠੀਕ ਕਰਾਉਣ ਜਾਂਦੇ, ਤੇ ਉਹ ਲੋਕ ਉੱਧਰ ਜੁੜ ਚੁੱਕੇ, ਉਹ ਕਹਿੰਦੇ ਸਾਨੂੰ ਸ਼ਾਂਤੀ ਮਿਲਦੀ ਆ। ਤੇ 85% ਲੋਕਾਂ ਦੇ ਵਿੱਚੋਂ ਕਿੰਨੇ ਕੁ ਤੁਸੀਂ ਲੋਕ ਉਂਗਲਾਂ ਤੇ ਗਿਣਨ ਜਾਣ ਵਾਲੇ ਲੋਕ ਆ ਜਿਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦਾ ਪਤਾ, ਜਿਹੜੇ ਕਹਿੰਦੇ ਆ ਕਿ ਗੁਰੂ ਗ੍ਰੰਥ ਸਾਹਿਬ ਬਰਾਬਰਤਾ ਦੀ ਗੱਲ ਕਰਦਾ, ਗੁਰੂ ਗ੍ਰੰਥ ਸਾਹਿਬ ਇਸ ਸੋਚ ਦੀ ਗੱਲ ਕਰਦਾ? ਹੁਣ ਭਾਰਤ ਦੇ ਵਿੱਚ ਤਾਂ ਨਾ ਬਰਾਬਰਤਾ ਦੀ ਸੋਚ ਲਾਗੂ ਹੋਈ, ਅਸੀਂ ਤਾਂ ਸੁੱਤੇ ਪਏ ਹਾਂ। ਹੁਣ ਦੱਸਿਓ ਕਿਹੜੀ ਸਟੇਟ ਵਿੱਚ ਜਾਓ, ਪੰਜਾਬ ਵਿੱਚ ਚਲ ਜਾਓ ਜਿੱਥੇ ਆਪਾਂ ਪੂਰ ਬਹੁ ਗਿਣਤੀ ਸਿੱਖ ਰਹਿੰਦੇ ਹਾਂ, ਕੀ ਅਸੀਂ ਦਾਅਵੇ ਨਾਲ ਕਹਾਂਗੇ ਕਿ ਸਾਡੇ ਜਾਤ ਨਹੀਂ ਹੈਗੀ? ਤੁਹਾਡੇ ਵਰਗੇ ਸਿੱਖ ਉਂਗਲੀਆਂ ਤੇ ਗਿਣ ਜਾਣ ਵਾਲੇ ਲੋਕ ਹੋਊਗੇ, ਨਹੀਂ ਪਿੰਡਾਂ ਦੇ ਵਿੱਚ ਤਾਂ ਭਾਈ ਸਾਹਿਬ ਜੱਟ ਚਮਾਰ ਝੂੜੇ ਸਾਂਝੀ ਮਰਾਸੀ ਰਹਿੰਦੇ ਆ, ਕੋਈ ਸਿੱਖ ਨਹੀਂ ਮੈਂ ਤਾਂ ਦੇਖਿਆ, ਸਾਰੇ ਜਾਤ ਵਿੱਚ ਜਿਉਂਦੇ ਆ। ਗੁਰੂ ਗ੍ਰੰਥ ਸਾਹਿਬ ਦੀ ਸੋਚ ਲੈ ਕੇ ਤਾਂ ਕੋਈ ਜੀ ਨਹੀਂ ਰਿਹਾ, ਜਦੋਂ ਕਿ ਜਿੱਦਾਂ RSS ਕਲਾਸ ਸਿਸਟਮ ਚਲਾ ਕੇ ਲੋਕਾਂ ਦੇ ਦਿਮਾਗ ਦਾ ਬ੍ਰਾਹਮਣੀਕਰਨ ਕਰ ਰਹੀ ਆ, ਊਚ ਨੀਚ ਵਿੱਚ ਪੈਦਾ ਕਰ ਰਹੀ ਆ, ਗੁਲਾਮ ਕਰ ਰਹੀ ਆ ਤੁਹਾਨੂੰ, ਇਸੇ ਤਰੀਕੇ ਨਾਲ ਸਾਨੂੰ ਗੁਰੂ ਗ੍ਰੰਥ ਸਾਹਿਬ ਦਾ ਸੋਚ ਨੂੰ ਲਾਗੂ ਕਰਕੇ ਸਾਨੂੰ ਬਰਾਬਰਤਾ ਦੀ ਸੋਚ, ਏਕ ਪਿਤਾ ਏਕ ਇਸਕੇ ਮੁਬਾਰਕ ਦੀ ਸੋਚ ਲੋਕਾਂ ਦੇ ਦਿਮਾਗਾਂ 'ਚ ਪਾਉਣੀ ਪੈਣੀ ਸੀ, ਤੇ ਸਾਂਝੀ ਵਾਲਤਾ ਦਾ ਜੋ ਸਮਾਜ ਬਣਾਉਣਾ ਪੈਣਾ ਸੀ। ਪਰ ਅੱਜ ਕੀ ਹੋ ਰਿਹਾ ਸਾਡੇ ਨਾਲ?
ਸਾਡੀ ਦੁਸ਼ਮਣ ਉਹ ਤਾਂ ਕੁਛ ਵੀ ਨੀ ਹੈਗੇ, ਨਾ ਬਰਾਬਰਤਾ ਦੀ ਸੋਚ ਵਾਲੇ ਲੋਕ ਤਾਂ ਕੁਛ ਵੀ ਨੀ, ਸਾਡੇ ਦੁਸ਼ਮਣ ਅਸੀਂ ਖੁਦ ਹੈ। ਅਸੀਂ ਅੰਮ੍ਰਿਤ ਛੱਕ ਕੇ ਪੰਜ ਕਕਾਰ ਪਾ ਕੇ ਅਖਬਾਰਾਂ 'ਚ ਜਲੂਸ ਕੱਢਦੇ ਹਾਂ ਕਿ ਮੈਨੂੰ ਜੱਟ ਸਿੱਖ ਲੜਕਾ ਲਈ, ਅੰਮ੍ਰਿਤਧਾਰੀ ਸਿੱਖ ਲਈ ਜੱਟ ਸਿੱਖ ਲੜਕੀ ਚਾਹੀਦੀ ਆ, ਏਦਾਂ ਦੇ ਅਸੀਂ ਜਲੂਸ ਕੱਢਦੇ ਹਾਂ ਆਪਣਾ। ਅਸੀਂ ਪਹਿਰਾਵਾ ਸਾਡਾ ਹੋਰ ਆ ਤੇ ਸੋਚ ਹੋਰ ਆ ਸਾਡੀ। ਹੁਣ ਜਿਹੜੀ RSS ਆ, ਅਗਰ ਤਾਂ ਉਹਨੇ ਮੁਸਲਮਾਨਾਂ ਵਿੱਚ ਜਾਣਾ ਹੋਵੇ ਉਹਨੇ ਉਹਨਾਂ ਦੇ ਵਿੱਚ ਇੱਕ ਜਥੇਬੰਦੀ ਖੜੀ ਕਰ ਦੇਣੀ ਹੈ ਜਿਹੜੀ ਚੰਗੀ ਸੋਚ ਵਾਲੇ ਲੋਕਾਂ ਦੇ ਖਿਲਾਫ਼, ਤੇ ਮਨੁਵਾਦੀ ਜਥੇਬੰਦੀ ਖੜੀ ਕਰ ਦੇਣੀ ਹੈ। ਉਹਨਾਂ ਦੇ ਬੰਦੇ ਦੋ ਚਾਰ ਹੋਣੇ, ਬਾਕੀ ਉਹਨੇ ਨੈਟਵਰਕ ਬਣਾ ਲੈਣਾ, ਅਸੀਂ ਤੁਹਾਨੂੰ ਆਹ ਕਰਦੇ ਹਾਂ, ਅਸੀਂ ਤੁਹਾਨੂੰ ਆਹ ਕਰਦੇ ਹਾਂ। ਹੁਣ ਸਿੱਖਾਂ ਦੇ ਵਿੱਚ ਦੇਖ ਲਓ, ਸ਼੍ਰੋਮਣੀ ਅਕਾਲੀ ਦਲ ਜਿਹੜਾ ਸਿੱਖਾਂ ਦਾ ਸੀ, ਪਰ ਉਹ ਸਾਰਾ ਲੈ ਗਿਆ ਚੱਕ ਕੇ, ਸਾਰਾ ਚੱਕ ਕੇ ਲੈ ਗਿਆ। ਸ਼੍ਰੋਮਣੀ ਕਮੇਟੀ ਸਿੱਖਾਂ ਦੀ ਸੀ ਤੇ ਕਿੱਥੇ ਗਈ ਬਈ? ਗੁਰੂ ਦੀ ਗੋਲ ਗਰੀਬ ਦਾ ਮੂੰਹ ਕਿੱਥੇ ਗਿਆ? ਉਹਨਾਂ ਦਾ ਕਰਜ਼ਾ ਪੂਰਾ। ਈਵਨ ਕਿ ਜਿਹੜੇ ਡੇਰੇ ਵੀ ਆ ਪੰਜਾਬ ਦੇ ਵਿੱਚ ਤਕੜੇ ਤਕੜੇ, ਉੱਥੇ ਵੀ ਸਾਰਾ ਉਹਨਾਂ ਦਾ ਕਬਜ਼ਾ, ਉਹ ਤੇ ਪੈਸੇ ਲੈ ਕੇ ਜਾ ਰਹੇ ਨੇ। ਤੇ ਜਿੰਨੇ ਬਾਬਾ ਬਾਦਵਾ, ਦੱਸੋ ਬਈ ਜੇ ਸਪੋਜ਼ ਕਰ ਲਓ ਬਈ ਇਹ ਜਿਹੜੇ ਬਾਬੇ ਆ 1-1.5 ਲੱਖ ਇੰਡੀਆ 'ਚ ਇਕੱਠੇ ਹੋਏ ਆ, ਇਹ ਰੱਬ ਦੀ ਪ੍ਰਾਪਤੀ ਕਰਾਉਂਦੇ ਆ, ਤਾਂ ਮੈਨੂੰ ਦੱਸਿਓ ਬਈ ਲੋਕ ਭੁੱਖੇ ਕਾਹਦੇ ਮਰਦੇ ਇੰਡੀਆ 'ਚ? ਆਪਾਂ ਤਾਂ ਛੱਡ ਛੱਡ ਕੇ ਬਾਹਰ ਨੂੰ ਦੌੜ ਰਹੇ ਹਾਂ, ਕੰਮ ਤਾਂ ਸਾਨੂੰ ਉੱਥੇ ਮਿਲਦਾ ਨਹੀਂ, ਸਾਨੂੰ ਕੰਮ ਨਹੀਂ ਮਿਲਦਾ। ਨਾ ਬਰਾਬਰਤਾ ਦੀ ਸੋਚਦੇ ਲੋਕ ਆ, ਤੇ ਬਾਬੇ ਵਿਹਲੜ ਖਾਈ ਜਾਂਦੇ ਆ, ਤੇ ਲੋਕਾਂ ਨੂੰ ਅਜੇ ਵੀ ਸ਼ਰਮ ਨਹੀਂ ਆ ਰਹੀ ਵੀ ਸਾਰਾ RSS ਦਾ ਜਾਲ। ਦੂਜੇ ਪਾਸੇ ਮਿਲਟਰੀ ਦੇ ਵਿੱਚ ਵੀ ਉਹਨੇ ਆਪਣੇ ਜਿਹੜੇ ਟੌਪ ਦੇ ਉਹਦੇ ਸਾਰੇ ਉਹਨਾਂ ਦੇ ਕੋਲ ਆ, ਉਹ ਕਮਾਂਡਿੰਗ ਪਾਵਰ ਜਿਹੜੀ ਆ ਉਹਨਾਂ ਦੇ ਕੋਲ ਆ, ਜੁਡੀਸ਼ਰੀ ਪਾਵਰ ਉਹਨਾਂ ਦੇ ਕੋਲ ਆ। ਤੁਹਾਡੇ ਜਿਹੜੇ ਅਫਸਰ ਵੀ ਬਣਦੇ ਉਹ ਤਾਂ ਤੁਹਾਡੇ ਖਿਲਾਫ਼ ਕੰਮ ਕਰਦੇ, ਤੁਹਾਡੇ ਕੋਲ ਹੀ ਮਾਰਦੇ, ਤੁਹਾਡਾ ਤਾਂ ਸਟੇਟਸ ਹੀ ਕਿਤੇ ਨਹੀਂ। ਸਿੱਖ ਤਾਂ ਅਜੇ ਜਾਗਰੂਕ ਹੀ ਨਹੀਂ ਹੋਇਆ ਵੀ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਇਕੱਲਾ ਮੱਥਾ ਨਹੀਂ ਟੇਕਣਾ, ਇਹ ਸੋਚ ਲਾਗੂ ਕਰਨੀ। ਦੱਸੋ ਮੈਨੂੰ ਕਿੱਥੇ ਕਲਾਸਾਂ ਲਾਗੂ ਹੁੰਦੀਆਂ ਜਿੱਥੇ ਆਪਾਂ ਯੂਨਿਟ ਤਿਆਰ ਕਰੀਏ ਵੀ ਭਰਾਵੋ, ਜਿੱਥੇ ਗਰੀਬ ਦੇ ਨਾਲ ਆਪਣੇ ਆਪ ਨੂੰ ਸਮਝਣ ਵਾਲਾ ਬੰਦਾ ਧੱਕਾ ਕਰਦਾ, ਉੱਥੇ ਤੁਸੀਂ ਗਰੀਬ ਨਾਲ ਖੜ ਕੇ ਉੱਚੀ ਜਾਤ ਵਾਲੇ ਨੂੰ ਫੜਨਾ, ਕਿੱਥੇ ਆਪਣਾ ਕੰਮ ਹੋ ਰਿਹਾ? ਸਾਨੂੰ ਪ੍ਰੈਕਟੀਕਲੀ ਵਰਕ ਕਰਨੇ ਪੈਣੇ ਆ। RSS ਜਿਹੜੀ ਆ ਕਿੱਦਾਂ ਕੰਮ ਕਰਦੀ ਆ, ਇਹ ਸਾਰਾ ਸਿਸਟਮ ਤੁਹਾਨੂੰ ਕਲਾਸਾਂ ਵਿੱਚ ਦੱਸਣਾ ਪੈਣਾ। ਤੇ ਰੇਡੀਓ ਟਾਕ ਸ਼ੋਅ ਤੇ ਆਪਾਂ ਇੱਕ ਘੰਟੇ ਦੇ ਵਿੱਚ ਸਾਰਾ RSS ਦਾ ਪੈਟਰਨ ਨਹੀਂ ਐਕਸਪਲੇਨ ਕਰ ਸਕਦੇ। ਉਹ ਤੁਹਾਡੀ ਦੁਸ਼ਮਣ ਜਮਾਤ ਆ, ਉਹਨੇ ਤੁਹਾਨੂੰ ਗੁਲਾਮ ਕਰਨਾ, ਉਹਨਾਂ ਨੇ ਸਾਰੇ ਇੰਡੀਆ ਦੇ ਵਿੱਚ ਨੈਟਵਰਕ ਬਣਾਇਆ, ਹਰ ਮੁਸਲਮਾਨਾਂ 'ਚ ਕਿੱਦਾਂ ਕੰਮ ਕਰਨਾ, ਬੋਧੀਆਂ 'ਚ ਕਿੱਦਾਂ ਕਰਨਾ, ਇਸਾਈਆਂ 'ਚ ਕਿੱਦਾਂ ਕਰਨਾ। ਉਹ ਬੈਠੇ ਨੇ ਇਕੱਲੇ ਥਾਂ ਥਾਂ ਹੋ ਤਾਈਂ ਜਾ ਕੇ, ਉਹ ਬੈਠੇ ਨੇ, ਉਹ ਕੰਮ ਕਰ ਰਹੇ ਨੇ, ਉਹ ਤੁਹਾਡੇ ਹੀ ਖਿਲਾਫ਼ ਤੁਹਾਡਾ ਬੰਦਾ ਖੜਾ ਕਰੀ ਜਾਂਦੇ ਆ। ਹੁਣ ਤੁਸੀਂ ਦੱਸੋ, ਸਿਮਰਨਜੀਤ ਸਿੰਘ ਮਾਨ ਉਹਨਾਂ ਨੇ ਮਸ਼ਹੂਰ ਕੀਤਾ ਹੈ ਕਿ ਇਹ ਤਾਂ ਬੰਦਾ ਏਜੰਸੀਆਂ ਦਾ, ਇਹਦਾ ਬੰਦਾ RSS ਦਾ, ਜਿਹੜੇ ਸੱਚੇ ਬੰਦੇ ਉਹਨਾਂ ਹੁੰਦੇ ਕੀ ਗੱਲ? ਤੇ ਜਿਹੜੇ ਉਹਨਾਂ ਦੇ ਬੰਦੇ ਆ ਤੇ ਉਹਨਾਂ ਦੀ ਇਨਕੁਆਇਰੀ ਵੀ ਨਹੀਂ ਹੁੰਦੀ। ਹੁਣ ਮਾਇਆਵਤੀ ਲੈ ਲਓ, ਮਾਇਆਵਤੀ ਦੀ ਇਨਕੁਆਇਰੀ CBI ਕਰਾਈ ਜਾਂਦੇ ਆ, ਕਿਉਂਕਿ ਉਹਨਾਂ ਦੇ ਖਿਲਾਫ਼ ਤੁਰੀ ਹੈ ਟੋਟਲ, ਔਰ ਉਹਦਾ ਪ੍ਰਚਾਰ ਕਰੀ ਜਾਂਦੇ ਮੀਡੀਆ ਦੇ ਵਿੱਚ, ਇਹਨੂੰ ਤਾਂ ਬੜਾ ਜੀ ਦੁਆ ਕਰ ਲਿਆ, ਬਾਦਲ ਤੋਂ ਪੈਸੇ ਲੈਂਦੀ ਆ, ਐਂ ਕਰਦੀ ਆ। ਹੁਣ 3.25 ਕਰੋੜ ਆਬਾਦੀ ਇੱਥੇ ਦੀ ਆ ਤੇ 22.5 ਕਰੋੜ ਹੈਗੀ UP ਦੀ, ਤੇ 402-3 MLA ਉੱਥੇ ਤੇ 117 ਇੱਥੇ ਆ। ਜੇ ਉਹਨੇ ਪੈਸਾ ਕਮਾਉਣਾ ਹੁੰਦਾ ਉਹ ਤਾਂ ਬਾਦਲ ਨੂੰ ਖਰੀਦ ਲੈਂਦੀ, ਉੱਥੇ ਬੇਹੱਦ ਪੈਸਾ ਕਮਾ ਸਕਦੀ ਆ। ਪਰ ਉਹ ਜਿਹੜੀ RSS ਆ, ਉਹ ਚੰਗੇ ਬੰਦੇ ਨੂੰ ਬਦਨਾਮ ਕਿੱਦਾਂ ਕਰਨਾ, ਜਿਹੜਾ ਮਾੜਾ ਬੰਦਾ ਜਿਹੜਾ ਆਪਣੀ ਕੌਮ ਦੇ ਉਲਟ ਕੰਮ ਕਰਦਾ ਉਹਨੂੰ ਉਹ ਸੰਭਾਲ ਕੇ ਰੱਖਦੀ ਆ। ਕਿੱਥੇ ਬਾਦਲ ਦੀ ਇਨਕੁਆਇਰੀ ਹੋਈ ਆ, ਕਿੱਥੇ ਕੈਪਟਨ ਦੀ ਇਨਕੁਆਇਰੀ ਹੋਈ ਆ? ਦੱਸੋ ਇਹਨਾਂ ਨੇ ਕਿੰਨਾ ਪੈਸਾ ਲੁੱਟਿਆ, ਜਿਹੜਾ ਪੈਸਾ ਸਵਿਸ ਬੈਂਕਾਂ ਵਿੱਚ ਆ, ਦੱਸੋ ਕਿਹੜੇ ਦਲਿਤ ਦਾ ਪੈਸਾ, ਦੱਸੋ ਕਿਹੜੇ ਗਰੀਬ ਭਾਰਤ ਦੇ 85% ਮੂਲ ਵਾਸੀ ਵਿੱਚ ਕਿਹਦਾ ਪੈਸਾ? ਸਾਰਾ ਪੈਸਾ ਬ੍ਰਾਹਮਣ ਖੱਤਰੀ ਵੈਸ਼ਾਂ ਦਾ ਉੱਥੇ ਪਿਆ, ਉਹਨੂੰ ਕੌਣ ਚੱਕੂਗਾ? ਉਹ ਪੈਸਾ ਤੁਹਾਡਾ ਲੁੱਟ ਕੇ ਉਹ ਲੈ ਗਿਆ, ਤੇ ਜਿਹੜਾ ਤੁਹਾਡਾ ਚੰਗਾ ਬੰਦਾ ਹੁੰਦਾ ਉਹਨੂੰ ਇਨਕੁਆਇਰੀਆਂ ਕਰਾਉਂਦੇ ਰਹਿੰਦੇ ਆ। ਤੇ ਸਰਦਾਰ ਕਪੂਰ ਸਿੰਘ ਉਹਦਾ ਕੀ ਹਾਲ ਕੀਤਾ ਇਹਨਾਂ ਨੇ? ਜਿੰਨੇ ਤੁਹਾਡੇ ਵਿੱਚੋਂ ਚੰਗੇ ਬੰਦੇ ਉੱਠੂਗੇ ਉਹਨਾਂ ਦਾ ਹਾਲ ਮੰਦਾ ਕਰੂਗੇ, ਉਹਦੀਆਂ ਇਨਕੁਆਇਰੀਆਂ ਕਰਾਊਗੇ, ਉਹਦਾ ਅਖਬਾਰਾਂ ਵਿੱਚ ਦੱਸੂਗੇ ਵੀ ਆਹ ਤਾਂ ਕਰਪਟ ਔਰਤ ਆ, ਤੇ ਅਸੀਂ ਕਹੀ ਜਾਂਦੇ ਹਾਂ ਕਰਪਟ ਆ। ਆਪਾਂ ਵੀ ਮੀਡੀਆ ਮਗਰ ਲੱਗ ਰਹੇ ਹਾਂ, ਜਦੋਂ ਮੀਡੀਆ ਸਾਨੂੰ ਅੱਤਵਾਦੀ ਤੇ ਵੱਖਵਾਦੀ ਕਹਿੰਦਾ ਉਦੋਂ ਅਸੀਂ ਕਹਿੰਦੇ ਹਾਂ ਵੀ ਇਹ ਮੀਡੀਆ ਝੂਠ ਬੋਲਦਾ। ਜਦੋਂ ਮਾਇਆਵਤੀ ਨੂੰ ਕਹਿੰਦਾ ਵੀ ਉਹਨੇ ਪੈਸੇ ਕਮਾ ਲਿਆ, ਬੜੀ ਕਰਪਟ ਆ, ਇਹ ਜਿਹੜੀ ਪੰਜਾਬ ਦੇ ਲੋਕ ਹੈ ਕਾਂਗਰਸ ਤੋਂ ਅਕਾਲੀਆਂ ਤੋਂ ਪੈਸੇ ਲੈ ਲੈਂਦੇ ਆ, ਉਦੋਂ ਅਸੀਂ ਕਹਿੰਦੇ ਸੀ। ਅਸੀਂ ਖੁਦ ਹੀ ਆਪਣੇ ਲੋਕਾਂ ਦੇ ਖਿਲਾਫ਼ ਤੁਰੇ ਹਾਂ। ਮੈਂ ਕਹਿੰਦਾ ਜਿਹੜੇ ਅੰਬੇਡਕਰੀ ਲੋਕ ਨੇ ਇਹ ਖਾਲਿਸਤਾਨ ਦੇ ਲਈ ਤੁਹਾਡੇ ਤੋਂ ਮੋਹਰੇ ਹੋਊਗੇ, ਪਰ ਅਸੀਂ ਰਾਬਤਾ ਨਹੀਂ ਪੈਦਾ ਕੀਤਾ ਉਹਨਾਂ ਨੂੰ। ਸਭ ਤੋਂ ਵੱਧ ਦੁਖੀ ਤਾਂ ਅਸ਼ੂਤ ਆ, ਅਨਟੱਚੇਬਲ ਸ਼ੂਦਰ, ਜਿਹੜਾ ਟੱਚੇਬਲ ਸ਼ੂਦਰ ਆ ਉਹ ਤਾਂ ਗੁਲਾਮੀ ਕਬੂਲ ਕਰ ਲਈ, ਉਹ ਤਾਂ ਫਿਰ ਬ੍ਰਾਹਮਣ ਦੇ ਨਾਲ ਉਹਨੂੰ ਕੁਛ ਨਹੀਂ ਕਹਿੰਦਾ। ਇੱਕ ਪੰਜਾਬ ਦਾ ਜਿਹੜਾ ਟੱਚੇਬਲ ਸ਼ੂਦਰ ਕੁੱਟ ਖਾ ਰਿਹਾ, ਯਾਦਵ ਤਾਂ ਇੰਜੋਏ ਕਰ ਰਿਹਾ, ਪਟੇਲ ਤਾਂ ਇੰਜੋਏ ਕਰ ਰਿਹਾ, ਸ਼ਾਹ ਤਾਂ ਇੰਜੋਏ ਕਰ ਰਿਹਾ ਉਹਨਾਂ ਦਾ, ਉਹ ਤਾਂ ਹਿੰਦੂ ਰਾਸ਼ਟਰ ਲਈ ਕਾਹਲੇ ਬਣਾਉਣ ਲਈ, ਕਿਉਂਕਿ ਬ੍ਰਾਹਮਣ ਨੇ ਉਹਨਾਂ ਨਾਲ ਚੰਗਾ ਰਿਸ਼ਤਾ ਕਾਇਮ ਕੀਤਾ ਹੈ। ਜਿਹੜਾ ਪੰਜਾਬ ਦਾ ਟੱਚੇਬਲ ਸ਼ੂਦਰ ਆ ਇਹਦੇ ਨਾਲ 84 'ਚ ਵਿਗੜ ਗਈ ਆ,
ਤੇ ਇਹਨੂੰ ਫਿਰ ਵੀ ਅਕਲ ਨਹੀਂ ਆਈ ਕਿ ਮੈਂ ਜਿਹੜਾ ਅਨਟੱਚਬਲ ਸ਼ੂਦਰ ਉਹਨੂੰ ਜੱਫੀਆਂ ਪਾ ਲਵਾਂ। ਜੇ ਤੁਸੀਂ ਉਹਨੂੰ ਜੱਫੀਆਂ ਪਾਓਗੇ ਤਾਂ ਮਿੱਤਰੋ ਬੇਗਮਪੁਰਾ ਖਾਲਸਾ ਰਾਜ ਤਾਂ ਬਣਨਾ, ਤਾਂ ਖਾਲਿਸਤਾਨ ਬਣਨਾ। ਕੋਈ ਖਾਲਿਸਤਾਨ ਬਣਾਉਣਾ ਕੋਈ ਮਾੜੀ ਗੱਲ ਥੋੜੋ, ਇਹ ਬਰਾਬਰਤਾ ਦੀ ਸੋਚ ਦੀ ਗੱਲ ਆ। ਪਰ ਤੁਸੀਂ ਬਰਾਬਰਤਾ ਦੀ ਸੋਚ ਤੁਹਾਨੂੰ ਲਾਗੂ ਕਰਨੀ ਪੈਣੀ ਆ, RSS ਦੇ ਅਗੇਂਸਟ ਕੰਮ ਕਰਨਾ ਪੈਣਾ ਗਰਾਊਂਡ ਤੇ, ਪਿੰਡਾਂ ਪਿੰਡਾਂ ਵਿੱਚ ਕਲਾਸਾਂ ਲਾਉਣੀਆਂ ਪੈਣੀਆਂ, ਦੱਸਣਾ ਪੈਣਾ ਇੱਥੇ ਚਮਾੜੀ ਦੇ ਚੂੜਿਆਂ ਦੀ ਬਾਸਤੀ ਕੋਈ ਨੀ। ਜਿਹੜਾ ਵੀ ਕੋਈ ਆਪਣੇ ਆਪ ਨੂੰ ਉੱਚੀ ਜ਼ਿਆਦਾ ਸਮਝ ਕੇ ਛੋਟੀ ਜਾਤ ਤੇ ਜ਼ੁਲਮ ਕਰੂਗਾ ਅਸੀਂ ਏਦਾਂ ਖੜਾਂਗੇ। ਦੋ ਚਾਰ ਵਾਰੀ ਬਰਾਬਰ ਤੇ ਖੜੇ ਤਾਂ ਭਾਈ ਸਾਹਿਬ ਸਾਰਿਆਂ ਲੋਕਾਂ ਨੇ ਸੋਚਣ ਲੱਗ ਪੈਣਾ ਵੀ ਇਹ ਤਾਂ ਗੱਲ ਹੀ ਹੋਰ। ਮੇਰੇ ਵੀਰੋ, ਗੁਰੂ ਗ੍ਰੰਥ ਸਾਹਿਬ ਨੂੰ ਪ੍ਰੈਕਟੀਕਲੀ ਲਾਗੂ ਕਰੋ, ਅੱਖਾਂ ਮੀਟ ਕੇ ਬ੍ਰਾਹਮਣ ਰੱਬ ਨਾ ਲੱਭੋ। ਤੁਹਾਡਾ ਰੱਬ ਆ ਗਿਆਨ, ਤੁਹਾਡਾ ਰੱਬ ਆ ਨੌਲੇਜ, ਤੁਹਾਡਾ ਰੱਬ ਆ ਪ੍ਰਕਾਸ਼, ਰੋਸ਼ਨੀ ਦਿਮਾਗ ਵਿੱਚ ਲੈ ਕੇ ਆਓ। ਜੀ ਭਾਈ ਸਾਹਿਬ ਜੀ, ਦਿਲਬਾਗ ਸਿੰਘ ਜੀ, ਸੋਰੀ ਮੈਂ ਤੁਹਾਡੀ ਗੱਲ ਨੂੰ ਕੱਟ ਰਿਹਾ, ਪਰ ਇੱਥੇ ਬਹੁਤ ਹੈਰਾਨੀ ਹੁੰਦੀ ਕਿ ਸ਼ਬਦ ਗੁਰੂ ਦੇ ਵਾਰਸਾਂ ਨੂੰ ਕਿਵੇਂ ਬਾਬਿਆਂ ਦੇ ਲੜ ਲਾ ਦਿੱਤਾ। ਤੁਸੀਂ ਦੇਖ ਲਓ, ਐਤਵਾਰ ਦੇ ਦਿਨ ਨੂੰ ਤੇ ਪੱਕਾ ਹੀ ਬਾਬਿਆਂ ਦੇ ਨਾਂ ਕਰ ਦਿੱਤਾ। ਪਿੰਡਾਂ ਦੇ ਵਿੱਚ ਜਾ ਕੇ ਦੇਖ ਲਓ, ਸ਼ਹਿਰਾਂ ਦੇ ਵਿੱਚ ਜਾ ਕੇ ਦੇਖ ਲਓ, ਬੱਸਾਂ ਦੀਆਂ ਬੱਸਾਂ ਭਰੀਆਂ ਜਾ ਰਹੀਆਂ ਨੇ ਬਾਬਿਆਂ ਦੇ ਡੇਰਿਆਂ ਨੂੰ। ਕੋਈ ਪੁੱਤ ਲੱਭਦਾ, ਕੋਈ ਦੁੱਧ ਲੱਭਦਾ, ਕੋਈ ਉੱਥੋਂ ਹੋਰ ਦਾਤਾਂ ਲੱਭਦਾ, ਕੋਈ ਬਾਹਰ ਦੇ ਬੀਜੇ ਲੱਭਦਾ। ਮੈਂ ਇੱਥੋਂ ਤੱਕ ਵੀ ਦੇਖਿਆ ਭਾਈ ਦਿਲਬਾਗ ਸਿੰਘ ਜੀ, ਪੰਜਾਬ ਦੇ ਵਿੱਚ ਵਿਚਰ ਕੇ, ਕਿ ਕਿਸੇ ਬਾਬੇ ਦੇ ਡੇਰੇ ਦੇ ਵਿੱਚ ਜਾ ਕੇ ਦੇਖ ਲਓ, ਉੱਥੇ ਜਹਾਜ਼ਾਂ ਦਾ ਕੋਈ ਅੰਤ ਨਹੀਂ। ਜਦੋਂ ਉੱਥੇ ਜਾ ਕੇ ਪੁੱਛੀਏ ਵੀ ਇਹ ਜਹਾਜ਼ ਇੰਨੇ ਸਾਰੇ ਕਿਉਂ ਇੱਥੇ ਚੜਾਏ ਹੋਏ ਆ ਬਾਬੇ ਦੇ ਡੇਰੇ ਤੇ, ਕਹਿੰਦੇ ਜੀ ਬਾਬਾ ਬੀਜੇ ਬਣਦਾ ਤੇ ਜਿਹੜਾ ਬੰਦਾ ਇੱਥੇ ਜਹਾਜ਼ ਚੜਾਉਂਦਾ ਉਹਨੂੰ ਬੀਜਾ ਮਿਲ ਜਾਂਦਾ। ਦੇਖੋ ਕਿਸ ਤਰੀਕੇ ਦੇ ਨਾਲ ਸ਼ਬਦ ਗੁਰੂ ਦੇ ਵਾਰਸਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ। ਸਰੋਤਿਓ, ਗੱਲਾਂ ਕੌੜੀਆਂ ਨੇ, ਇਹ ਗੱਲਾਂ ਹਾਜ਼ਮ ਕਰਨੀਆਂ, ਹਰੇਕ ਦੇ ਵੱਸ ਦੀ ਗੱਲ ਨਹੀਂ। ਗੱਲਾਂ ਕੌੜੀਆਂ ਨੇ ਤੇ ਕੋਰੀਆਂ ਨੇ। ਇਹ ਗੱਲਾਂ ਜਿਹੜੀਆਂ ਅੱਜ ਤੁਹਾਨੂੰ ਸੁਣਾਈਆਂ ਜਾ ਰਹੀਆਂ ਨੇ, ਜੋ ਅਸੀਂ ਆਵਾਜ਼ ਦੇ ਮਾਧਿਅਮ ਦੇ ਨਾਲ ਤੁਸੀਂ ਵਿਸ਼ਵ ਭਰ ਦੇ ਵਿੱਚ ਬੈਠੇ ਸਾਡੇ ਨਾਲ ਜੁੜ ਕੇ ਸੁਣ ਰਹੇ ਆ, ਇਹ ਗੱਲਾਂ ਬੜੀਆਂ ਕੌੜੀਆਂ ਨੇ, ਪਰ ਇਹ ਗੱਲਾਂ ਸੱਚਾਈ ਆ। ਅਮਰੀਕ ਸਿੰਘ ਜੀ, ਜੀ ਭਾਈ ਸਾਹਿਬ, ਹਿੰਦੂਆਂ ਦੇ ਧਾਰਮਿਕ ਗ੍ਰੰਥ ਆਰੀਆ ਪੁੱਤਰਾਂ ਦੇ ਜਿਹੜੇ ਯੂਰੇਸ਼ੀਆ ਚੋਂ ਆਏ ਆ, ਜੇ ਉਹਨਾਂ ਦੇ ਧਾਰਮਿਕ ਗ੍ਰੰਥ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਆ ਬਣਾਉਣ ਦੀ, ਤੇ ਗੁਰੂ ਗ੍ਰੰਥ ਸਾਹਿਬ ਖਾਲਿਸਤਾਨ ਬਣਾਉਣ ਦੀ ਗੱਲ ਕਰਦਾ, ਤੇ ਜੇ ਬਾਬੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ ਖਾਂਦੇ ਆ, ਇਹਨਾਂ ਨੂੰ ਕਹੋ ਵੀ ਤੁਸੀਂ ਖਾਲਿਸਤਾਨ ਦੀ ਗੱਲ ਕਿਉਂ ਨੀ ਕਰਦੇ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ, ਤੁਸੀਂ 85% ਲੋਕਾਂ ਨੂੰ ਇੱਕ ਕਰਨ ਦੀ ਗੱਲ ਕਿਉਂ ਨੀ ਕਰਦੇ, ਤੁਸੀਂ 1743 ਜਾਤਾਂ ਨੂੰ ਖਤਮ ਕਰਕੇ ਸਿੱਖ ਸਿੰਘ ਕੌਰਨ ਖਾਲਸਾ ਦੀ ਗੱਲ ਕਿਉਂ ਨੀ ਕਰਦੇ, ਤੁਸੀਂ ਭਾਰਤ ਤੇ ਕਬਜ਼ਾ ਕਰਨ ਦੀ ਗੱਲ ਕਿਉਂ ਨੀ ਕਰਦੇ, ਤੁਸੀਂ ਆਰੀਆ ਪੁੱਤਰ ਨੂੰ ਕਿਉਂ ਨੀ ਕਹਿੰਦੇ ਬਾਹਰੋਂ ਆ ਕੇ ਸਾਡੇ ਤੇ ਕਬਜ਼ਾ ਹੋਇਆ। ਖਾਲਸਾ ਜੀ ਜੰਗ ਓਫੈਂਸਿਵ ਹੋ ਕੇ ਲੜਨੀ ਪੈਣੀ ਆ, ਵਿਚਾਰਧਾਰਕ ਲੜਨੀ ਪੈਣੀ ਆ, ਹਥਿਆਰਾਂ ਦੀ ਜੰਗ ਨਹੀਂ ਰਹਿ ਗਈ, ਤੁਹਾਨੂੰ ਵਿਚਾਰਧਾਰਕ ਜੰਗ ਲੜਨੀ ਪੈਣੀ ਆ। ਜਿੰਨਾ ਚਿਰ ਤੱਕ ਜਿਹੜਾ ਵੀ ਸੰਤ ਬਾਬਾ ਪ੍ਰਚਾਰਕ ਜਿੰਨੇ ਵੀ, ਚਾਹੇ ਟਕਸਾਲੀ ਸਾਹਿਬ ਮਿਸ਼ਨਰੀ, ਜੇ ਉਹ ਗੁਰੂ ਗ੍ਰੰਥ ਸਾਹਿਬ ਨੂੰ ਕੰਸੈਪਟ ਆਫ ਖਾਲਿਸਤਾਨ, ਕੰਸੈਪਟ ਆਫ ਬੇਗਮਪੁਰਾ, ਕੰਸੈਪਟ ਆਫ ਖਾਲਸਾ ਰਾਜ, ਕੰਸੈਪਟ ਆਫ ਫਰੀਡਮ ਆਫ ਸ਼ੂਦਰਾ ਸਿੰਘ ਨਹੀਂ ਮੰਨਦੇ, ਤਾਂ ਉਹ ਪ੍ਰਚਾਰ ਹੀ ਗਲਤ ਕਰ ਰਹੇ ਨੇ। ਉਹ ਵੀ ਬ੍ਰਾਹਮਣ ਵਾਲਾ ਪ੍ਰਚਾਰ ਕਰ ਰਹੇ ਨੇ। ਤੁਹਾਡੇ ਸਾਰੇ ਪ੍ਰਚਾਰਕ ਜਿਹੜੇ ਆ, ਉਹ ਉਨਾ ਚਿਰ ਬ੍ਰਾਹਮਣ ਵਾਲਾ ਪ੍ਰਚਾਰ ਕਰਦੇ ਜਿੰਨਾ ਚਿਰ ਉਹ ਗੁਰੂ ਗ੍ਰੰਥ ਸਾਹਿਬ ਇਹ ਨਹੀਂ ਦੱਸਦੇ ਕਿ 35 ਮਹਾਂਪੁਰਸ਼ਾਂ ਨੇ ਕਿਉਂ ਲਿਖਿਆ ਤੇ ਵੇਦਾਂ ਸ਼ਾਸਤਰਾਂ ਦੀ ਵਿਰੋਧਤਾ ਕਿਉਂ ਕਰਦਾ। ਇਹ ਜਦੋਂ ਸਾਰੀਆਂ ਗੱਲਾਂ ਨਹੀਂ ਦੱਸਦੇ, ਇਹਦਾ ਮਤਲਬ ਉਹ ਪੈਸੇ ਕਮਾਉਣ ਲਈ ਪ੍ਰਚਾਰ ਕਰਦੇ ਆ, ਉਹ ਬ੍ਰਾਹਮਣਵਾਦ ਲਈ ਪ੍ਰਚਾਰ ਕਰਦੇ ਆ, ਉਹ ਤੁਹਾਡੇ ਕੱਖ ਨਹੀਂ ਲੱਗਦੇ, ਉਹ ਸਿਰਫ ਆਪਣੇ ਡਾਲਰ ਕਮਾਉਣੇ ਜਦੋਂ ਚੱਲ ਜਾਂਦੇ। ਇਸ ਕਰਕੇ ਮੇਰੇ ਵੀਰੋ, ਜਿੰਨਾ ਚਿਰ ਤੱਕ ਤੁਸੀਂ ਆਪਣੇ ਪ੍ਰਚਾਰਕਾਂ ਨੂੰ ਸਹੀ ਰਸਤਾ ਨਹੀਂ ਦੱਸਦੇ, ਉਨਾ ਚਿਰ ਤੱਕ ਇਹ 85% ਲੋਕ ਗੁਲਾਮ ਹੀ ਰਹੂਗੇ। ਇਹ ਬ੍ਰਾਹਮਣ ਜੀ ਭਾਈ ਸਾਹਿਬ, ਹੁਣ ਆਪਾਂ ਵੱਧਦੇ ਹਾਂ ਆਪਣੇ ਆਪਣੇ ਅਗਲੇ ਸਵਾਲ ਵੱਲ ਵੱਧਦੇ ਹਾਂ ਤੇ ਗੱਲਬਾਤ ਕਰਦੇ ਹਾਂ ਕਿ ਜਿਵੇਂ ਆਪਾਂ ਗੱਲ ਕੀਤੀ 35 ਭਗਤ ਸਾਹਿਬਾਨਾਂ ਦੀ, ਉਹਨਾਂ ਨੇ ਬਾਣੀ ਰਚੀ, ਗੁਰੂ ਸਾਹਿਬਾਨਾਂ ਨੇ ਬਾਣੀ ਰਚੀ ਤੇ ਬਾਣੀ ਦੇ ਅਨਮੋਲ ਖਜ਼ਾਨੇ ਦੇ ਰੂਪ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਬਖਸ਼ੇ ਗਏ, ਅਸੀਂ ਉਹਨਾਂ ਤੋਂ ਪੜ੍ਹ ਕੇ ਉਹਨਾਂ ਦਾ ਗਿਆਨ ਜਿਹੜਾ ਪ੍ਰਾਪਤ ਕਰਨਾ ਸੀ, ਪਰ ਉਸ ਤੋਂ ਬਾਅਦ ਵੀ ਸਮੇਂ ਸਮੇਂ ਤੇ ਕ੍ਰਾਂਤੀਕਾਰੀ ਆਵਾਜ਼ਾਂ ਜਿਹੜੀਆਂ ਉੱਠਦੀਆਂ ਰਹੀਆਂ ਨੇ। ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ, ਜਿਹਨਾਂ ਨੂੰ ਭਾਰਤ ਦਾ ਸੰਵਿਧਾਨ ਘਾੜਾ ਵੀ ਕਿਹਾ ਜਾਂਦਾ, ਉਹਨਾਂ ਨੇ ਸੰਵਿਧਾਨ ਦੀ ਜਿਹੜੀ ਰਚਨਾ ਕੀਤੀ ਆ। ਉਸ ਤੋਂ ਅੱਗੇ ਆਪਾਂ ਦੇਖ ਲਈਏ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ। ਸੋ ਇਹੋ ਜਿਹੀਆਂ ਜਿਹੜੀਆਂ ਕ੍ਰਾਂਤੀਕਾਰੀ ਆਵਾਜ਼ਾਂ ਸੀ ਜਿਹਨਾਂ ਨੇ ਲੋਕਾਂ ਨੂੰ ਸੱਚ ਦਾ ਰਾਹ ਫਿਰ ਤੋਂ ਦੱਸਿਆ, ਜਿਹੜੇ ਜਾਣ ਚੁੱਕੇ ਸੀ, ਜਿਹੜੇ ਭਗਤ ਸਾਹਿਬਾਨਾਂ ਦੀ ਗੁਰੂ ਸਾਹਿਬਾਨਾਂ ਦੀ ਸੋਚ ਤੋਂ ਵਾਕਫ ਹੋ ਚੁੱਕੇ ਸੀ, ਸਮੇਂ ਸਮੇਂ ਤੇ ਉਹ ਵੀ ਉੱਠਦੇ ਰਹੇ ਨੇ। ਉਹਨਾਂ ਨੇ ਅਨਟੱਚੇਬਲ ਤੇ ਟੱਚੇਬਲ ਸ਼ੂਦਰਾਂ ਨੂੰ, ਦੋਵਾਂ ਨੂੰ ਗੁਲਾਮੀ ਦਾ ਅਹਿਸਾਸ ਕਰਾਉਣ ਦੀ ਬਹੁਤ ਵੱਡੀ ਕੋਸ਼ਿਸ਼ ਕੀਤੀ ਆ, ਔਰ ਇੱਕ ਪੂਰੀ ਤਰ੍ਹਾਂ ਹਿੰਦੂ ਰਾਸ਼ਟਰਵਾਦ ਨੂੰ ਚੈਲੰਜ ਕਰ ਦਿੱਤਾ, ਪੂਰੀ ਚੁਣੌਤੀ ਦੇ ਦਿੱਤੀ, ਪਰ ਬਹੁਤ ਵੱਡਾ ਪ੍ਰੋਪੇਗੈਂਡਾ ਕੀਤਾ ਗਿਆ। ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਨੂੰ ਤੇ ਸੰਤ ਜਰਨੈਲ ਸਿੰਘ ਨੂੰ ਇਸ ਕਦਰ ਬਦਨਾਮ ਕੀਤਾ ਗਿਆ, ਉਹਨਾਂ ਦੀ ਸ਼ਖਸੀਅਤ ਨੂੰ ਇਸ ਕਦਰ ਬਦਨਾਮ ਕੀਤਾ ਗਿਆ ਕਿ ਅੱਜ ਸਿੱਖਾਂ ਨੂੰ ਜੇ ਤੁਸੀਂ ਡਾਕਟਰ ਭੀਮ ਰਾਓ ਅੰਬੇਦਕਰ ਦੀ ਗੱਲ ਕਰੋ ਤੇ ਸਿੱਖ ਉਹ ਗੱਲ ਸੁਣਨ ਦੇ ਤਿਆਰ ਨਹੀਂ। ਇਸੇ ਤਰ੍ਹਾਂ ਜੇ ਤੁਸੀਂ ਅੰਬੇਦਕਰੀ ਲੋਕਾਂ ਬਾਰੇ ਗੱਲ ਕਰੋ ਸੰਤ ਜਰਨੈਲ ਸਿੰਘ ਦੀ, ਤੇ ਉਹ ਸੁਣ ਕੇ ਤਿਆਰ ਨਹੀਂ। ਕ੍ਰਾਂਤੀਕਾਰੀ ਆਵਾਜ਼ਾਂ ਨੂੰ ਦਬਾਉਣ ਵਾਸਤੇ ਵੀ ਹਿੰਦੂ ਰਾਸ਼ਟਰਵਾਦ ਨੇ ਬਹੁਤ ਵੱਡਾ ਰੋਲ ਅਦਾ ਕੀਤਾ।
ਸੋ ਮੈਂ ਚਾਹਾਂਗਾ ਕਿ ਤੁਸੀਂ ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਦੀ ਸੋਚ ਨੂੰ ਵੀ ਸੰਗਤ ਦੇ ਸਾਹਮਣੇ ਲੈ ਕੇ ਆਓ। ਬੇਸ਼ੱਕ ਕਿ ਸਾਡਾ ਜਿਹੜਾ ਸੈਗਮੈਂਟ ਆ ਇਹ ਕਾਫੀ ਨਹੀਂ ਕਿ ਆਪਾਂ ਏਡੀਆਂ ਵੱਡੀਆਂ ਸ਼ਖਸੀਅਤਾਂ ਨੂੰ ਥੋੜੇ ਜਿਹੇ ਸਮੇਂ ਦੇ ਵਿੱਚ ਜਿਹੜਾ ਆ ਉਹ ਪੂਰੀ ਡਿਟੇਲ ਦੇ ਵਿੱਚ ਡਿਸਕਸ ਕਰ ਸਕੀਏ। ਪਰ ਮੈਂ ਚਾਹਾਂਗਾ ਕਿ ਅਕਸਰ ਇਹ ਪੇਸ਼ ਕੀਤਾ ਜਾਂਦਾ ਕੁਛ ਸਿੱਖ ਭੇਸ ਦੇ ਵਿੱਚ ਬੜੇ ਹੋਏ ਆਰ ਐਸ ਐਸ ਦੇ ਏਜੰਟਾਂ ਵੱਲੋਂ ਕਿ ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਦੀ ਜਿਹੜੀ ਸੋਚ ਸੀ ਉਹ ਸਿੱਖ ਵਿਰੋਧੀ ਸੀ, ਉਹਨਾਂ ਦਾ ਜਿਹੜਾ ਏਜੰਡਾ ਸੀ ਉਹ ਸਿੱਖ ਕੌਮ ਵਿਰੋਧੀ ਸੀ। ਅੱਜ ਤੱਕ ਇਹ ਪ੍ਰਚਾਰਿਆ ਜਾਂਦਾ, ਪਰ ਜਦੋਂ ਅਸੀਂ ਇਹ ਗੱਲ ਕਰਦੇ ਹਾਂ ਕਿ ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਦੀ ਜਿਹੜੀ ਸੋਚ ਸੀ ਉਹ ਖਾਲਸਾ ਰਾਜ ਤੇ ਬੇਗਮਪੁਰੇ ਦੀ ਤਰਜਮਾਨੀ ਕਰਦੀ ਆ, ਤੇ ਸਾਡੇ ਸਿੱਖ ਭਰਾ ਹੀ ਸਾਡੇ ਨਾਲ ਕਈ ਵਾਰੀ ਸ਼ਬਦੀ ਜੰਗ ਦੇ ਵਿੱਚ ਵੀ ਉਲਝ ਜਾਂਦੇ ਆ, ਕਈ ਵਾਰੀ ਬਹੁਤ ਜ਼ਿਆਦਾ ਉਹ ਅਸਹਿਣਸ਼ੀਲ ਹੋ ਜਾਂਦੇ ਆ। ਉਹਨਾਂ ਦਾ ਵੀ ਕਸੂਰ ਨਹੀਂ, ਖੈਰ ਉਹਨਾਂ ਤੇ ਆਪਾਂ ਨਹੀਂ ਰੋਸਾ ਕਰ ਸਕਦੇ ਕਿਉਂਕਿ ਸਦੀਆਂ ਤੋਂ ਉਹਨਾਂ ਦੇ ਕੰਨ ਦੇ ਵਿੱਚ ਗੱਲ ਹੀ ਉਹ ਬਾਹਮਣ ਨੇ ਪਾਈ ਹੋਈ ਆ, ਜਿਹੜੀ ਉਹ ਸੁਣ ਕੇ ਆਦੀ ਹੋ ਚੁੱਕੇ ਆ ਤੇ ਸਾਡੀ ਗੱਲ ਸੁਣ ਲਏ ਤਿਆਰ ਨਹੀਂ। ਸੋ ਮੈਂ ਚਾਹਾਂਗਾ ਕਿ ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਜਿਹਨਾਂ ਦੀ ਏਡੀ ਵੱਡੀ ਸ਼ਖਸੀਅਤ ਹੈ, ਜਿਹਨਾਂ ਦੀ ਸੋਚ ਏਡੀ ਵੱਡੀ ਉੱਚੀ ਤੇ ਸੁੱਚੀ ਸੋਚ ਹੈ, ਜਿਹਨਾਂ ਨੇ ਰਾਜ ਕਰਨ ਦੇ ਜਿਹੜੇ ਆ ਫਲਸਫੇ ਨੂੰ ਉਹ ਦੱਸਿਆ ਕਿ ਕਿਵੇਂ ਗੁਲਾਮਾਂ ਨੇ ਰਾਜ ਕਰਨਾ, ਸੋ ਉਹਨਾਂ ਦੀ ਸੋਚ ਬਾਰੇ ਵੀ ਤੁਸੀਂ ਜ਼ਰੂਰ ਸਾਡੇ ਸਰੋਤਿਆਂ ਨਾਲ ਜਾਣਕਾਰੀ ਸਾਂਝੀ ਕਰੋ ਜੀ। ਹਾਂਜੀ, ਅਮਰੀਕ ਸਿੰਘ ਜੀ ਇਹ ਬਹੁਤ ਵਧੀਆ ਸਵਾਲ ਰੱਖਿਆ। ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦੋ ਤਰੀਕੇ ਨਾਲ ਉਹ ਭਾਰਤ ਦਾ ਖਾਲਿਸਤਾਨ ਬਣਾਉਣਾ ਚਾਹੁੰਦੇ ਸੀ, ਭਾਰਤ ਦਾ ਬੇਗਮਪੁਰਾ ਬਣਾਉਣਾ ਚਾਹੁੰਦੇ ਸੀ, ਖਾਲਸਾ ਰਾਜ ਬਣਾਉਣਾ ਚਾਹੁੰਦੇ ਸੀ। ਮੈਂ ਇੱਥੇ ਮਨੁਵਾਦੀ ਤਾਕਤਾਂ ਨੂੰ ਵੀ ਦੱਸ ਦੇਣਾ ਚਾਹੁੰਦਾ ਕਿ ਅਸੀਂ ਖਾਲਿਸਤਾਨ ਭਾਰਤ ਦਾ ਬਣਾਵਾਂਗੇ ਔਰ ਭਾਰਤ ਦੇ ਗੁਰੂ ਗ੍ਰੰਥ ਸਾਹਿਬ ਜਿਹੜਾ ਭਾਰਤ ਦਾ ਗ੍ਰੰਥ ਹੋਊਗਾ, ਭਗਵਤ ਗੀਤਾ ਭਾਰਤ ਦਾ ਗ੍ਰੰਥ ਨਹੀਂ ਹੋਊਗਾ। ਅਸੀਂ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦੇ, ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੇ ਤੇ 35 ਮਹਾਂਪੁਰਸ਼ਾਂ ਦੇ 10ਵੇਂ ਪਾਤਸ਼ਾਹ ਦੇ ਜਿਹੜੇ ਸੁਪਨੇ ਸੀ ਅਸੀਂ ਉਹ ਪੂਰਨ ਕਰਾਂਗੇ ਔਰ ਇਹ ਆਜ਼ਾਦੀ ਦੀ ਜੰਗ ਚੱਲ ਰਹੀ ਹੈ ਤੇ ਚੱਲੂਗੀ, ਤੇ ਆਪਾਂ ਗੱਲ ਹੁਣ ਕਰਦੇ ਹਾਂ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦੀ। ਉਹ ਦੋ ਤਰੀਕੇ ਦੇ ਨਾਲ ਉਹ ਗੁਰੂ ਗ੍ਰੰਥ ਸਾਹਿਬ ਨੂੰ ਭਾਰਤ ਦਾ ਗ੍ਰੰਥ ਬਣਾਉਣਾ ਚਾਹੁੰਦੇ ਸੀ ਤੇ 10ਵੇਂ ਪਾਤਸ਼ਾਹ ਨੂੰ ਰਾਸ਼ਟਰਪਿਤਾ ਬਣਾਉਣਾ ਚਾਹੁੰਦੇ ਸੀ ਤੇ ਭਾਰਤ 80% ਲੋਕਾਂ ਦਾ ਰਾਜ ਲੈ ਕੇ ਆਉਣਾ ਚਾਹੁੰਦੇ ਸੀ। ਉਹਨੇ ਦੋ ਤਰੀਕੇ ਅਪਣਾਏ। ਪਹਿਲਾ ਤਰੀਕਾ ਉਹਨਾਂ ਨੇ ਕੀ ਅਪਣਾਇਆ? ਪਹਿਲਾ ਤਰੀਕਾ ਉਹਨਾਂ ਨੇ ਬ੍ਰਿਟਿਸ਼ ਪਾਰਲੀਮੈਂਟ ਨੂੰ ਇੱਕ ਗੱਲ ਕਹੀ ਵੀ ਤੁਸੀਂ ਫਸਟ ਵਾਰ ਵਿੱਚ ਤੁਹਾਡਾ ਨੁਕਸਾਨ ਹੋ ਗਿਆ, ਵੀ ਤੁਸੀਂ ਸਾਨੂੰ ਕਹਿ ਦਿੱਤਾ ਸਾਰਿਆਂ ਨੂੰ ਵੀ ਤੁਸੀਂ ਸੰਗਠਨ ਬਣਾਓ ਕਿ ਅਸੀਂ ਪਾਵਰ ਟਰਾਂਸਫਰ ਕਰਨੀ ਹੈ, ਪਰ ਅਸੀਂ ਗੁਲਾਮਾਂ ਦੇ ਗੁਲਾਮ ਆ, ਭਾਰਤ ਦੇ 85% ਲੋਕ ਜਿਹੜੇ 1743 ਜਾਤਾਂ ਚ ਵੰਡੇ ਹੋ ਆ, ਅਸੀਂ ਗੁਲਾਮ ਲੋਕਾਂ ਹੀ ਭਾਰਤ ਦੇ ਮੂਲ ਵਾਸੀ ਆ, ਤੇ ਬ੍ਰਾਹਮਣ ਖੱਤਰੀ ਵੈਸ਼ ਇਹ ਆਰੀਆ ਪੁੱਤਰ ਇਹ ਬਾਹਰੋਂ ਆਏ ਆ ਜਰੇਸ਼ੀਆ ਤੋਂ, ਇਹਨੇ ਮੁਗਲਾਂ ਨਾਲ ਮਿਲ ਕੇ ਵੀ ਰਾਜ ਕੀਤਾ ਸਾਡੇ ਤੇ, ਤੁਹਾਡੇ ਨਾਲ ਮਿਲ ਕੇ ਵੀ ਇਹਨੇ ਸਾਡੇ ਤੇ ਰਾਜ ਕੀਤਾ, ਜਿੰਨੇ ਵੀ ਇੱਥੇ ਧਾੜਵੀ ਆਏ ਉਹਨਾਂ ਨੇ ਇਹਨੇ ਮਿਲ ਕੇ ਰਾਜ ਕੀਤਾ, ਅਸੀਂ ਇਹਨਾਂ ਦੇ ਗੁਲਾਮ ਨਹੀਂ ਰਹਿਣਾ ਚਾਹੁੰਦੇ, ਸਾਨੂੰ ਭਾਰਤ ਦੇ 85% ਲੋਕਾਂ ਨੂੰ ਕਿਸੇ ਤਰੀਕੇ ਨਾਲ ਆਜ਼ਾਦ ਕੀਤਾ ਜਾਵੇ, ਇਹ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਇਹ ਐਪਲੀਕੇਸ਼ਨ ਉਹਨਾਂ ਨੂੰ ਦਿੱਤੀ ਬ੍ਰਿਟਿਸ਼ ਨੂੰ, ਕਿਉਂਕਿ ਉਸ ਵੇਲੇ ਆਪਣੇ ਲੋਕ ਪੜ੍ਹੇ ਲਿਖੇ ਬਿਲਕੁਲ ਨਹੀਂ ਸੀਗੇ, ਕਿਉਂਕਿ ਭਾਵਾਂ ਬ੍ਰਿਟਿਸ਼ ਨਾਲ ਇਹਨਾਂ ਨੇ ਬ੍ਰਾਹਮਣਾਂ ਨੇ ਮਿਲ ਕੇ ਰਾਜ ਕੀਤਾ, ਬ੍ਰਿਟਿਸ਼ ਨੇ ਸਾਨੂੰ ਥੋੜ੍ਹੀ ਬਹੁਤੀ ਆਜ਼ਾਦੀ ਵੀ ਦਿੱਤੀ, ਪਰ ਮੋਸਟ ਆਫ ਜਿਹੜੀਆਂ ਬ੍ਰਿਟਿਸ਼ ਨੇ ਨੀਤੀਆਂ ਲਾਗੂ ਕੀਤੀਆਂ ਉਹਨੇ ਬ੍ਰਾਹਮਣਵਾਦ ਨਾਲ ਮਿਲ ਕੇ ਹੀ ਲਾਗੂ ਕੀਤੀਆਂ, ਸਾਡੇ ਲੋਕ ਉਸ ਵੇਲੇ ਨੇ ਪੜ੍ਹੇ ਲਿਖੇ ਨਹੀਂ ਸੀ। ਤੇ ਬ੍ਰਿਟਿਸ਼ ਨੇ ਬਾਬਾ ਸਾਹਿਬ ਅੰਬੇਦਕਰ ਦੀ ਇਹ ਗੱਲ ਮੰਨ ਕੇ ਉਹਨਾਂ ਨੇ ਸਾਈਮਨ ਕਮਿਸ਼ਨ ਭਾਰਤ ਵਿੱਚ ਭੇਜਿਆ ਕਿ ਮੈਨੂੰ ਪਤਾ ਲੱਗ ਸਕੇ ਕਿ ਭਾਰਤ ਦੇ ਵਿੱਚ ਕਿੰਨੇ ਕੁ ਪਰਸੈਂਟੇਜ ਲੋਕ ਨੇ ਤੇ ਕਿੰਨੀਆਂ ਕੁ ਜਾਤਾਂ ਨੇ ਤਾਂ ਕਿੰਨੇ ਕੁ ਲੋਕਾਂ ਦੀ ਮੈਂ ਗਿਣਤੀ ਕਰਕੇ ਤੇ ਫਿਰ ਮੈਂ ਇਹਨਾਂ ਨੂੰ ਅਵਾਰਡ ਕੋਈ ਲਾ ਬਣਾਊਂਗਾ ਤਾਂ ਕਿ ਇਹ ਆਜ਼ਾਦ ਹੋ ਸਕਣ। ਸਾਈਮਨ ਕਮਿਸ਼ਨ ਭਾਰਤ ਵਿੱਚ ਆਇਆ ਸਾਡੇ ਲੋਕਾਂ ਦੀ ਗਿਣਤੀ ਕਰਨ ਦੇ ਲਈ, ਜੱਟਾਂ ਤੋਂ ਲੈ ਕੇ ਟੱਪਰੀ ਵਸ ਸਾਰਿਆਂ ਦੀ ਗਿਣਤੀ, ਚਾਹੇ ਸਿੱਖ ਆ, ਚਾਹੇ ਮੁਸਲਮਾਨ ਆ, ਚਾਹੇ ਈਸਾਈ ਆ, ਚਾਹੇ ਬੋਧੀ ਆ, ਚਾਹੇ ਕੋਈ ਵੀ ਧਰਮ ਦਾ ਬੰਦਾ ਹੈ, ਸ਼ੂਦਰੇ ਸਾਰੇ, ਇਹਨਾਂ ਦੀ ਗਿਣਤੀ ਕਰਨ ਲਈ ਸਾਈਮਨ ਕਮਿਸ਼ਨ ਇਹ ਭਾਰਤ ਆਇਆ। ਤੁਸੀਂ ਵਿਸ਼ਵਾਸ ਕਰਿਓ ਕਿ 85% ਲੋਕਾਂ ਨੂੰ ਉਹਨਾਂ ਦੀ ਗਿਣਤੀ ਦੇ ਮੁਤਾਬਕ ਜਦੋਂ ਜੌਬਾਂ ਦਾ ਪ੍ਰਬੰਧ ਹੋਣ ਲੱਗਾ ਤਾਂ ਗਾਂਧੀ ਨੇ ਸਿੱਖਾਂ ਨੂੰ ਕਹਿ ਦਿੱਤਾ ਇਹਦੀ ਵਿਰੋਧਤਾ ਕਰੋ, ਯਾਦਵਾਂ ਨੂੰ ਕਹਿ ਦਿੱਤਾ ਉਹਦੀ ਵਿਰੋਧਤਾ ਕਰੋ, ਜਿਹੜੇ ਟੱਚੇਵਾਲ ਸ਼ੂਦਰ ਸੀ ਉਹਦੀ ਵਿਰੋਧਤਾ ਕੀਤੀ, ਟੱਚੇਵਾਲ ਸ਼ੂਦਰਾਂ, ਕਿ ਸਾਨੂੰ ਆਪਣੀ ਗਿਣਤੀ ਦੇ ਮੁਤਾਬਕ ਹੱਕ ਨਹੀਂ ਚਾਹੀਦੇ। ਹੁਣ ਜਿਹੜੀ ਰਾਖਵਾਂਕਰਨ ਕਰਕੇ ਉਹਨੂੰ ਮਸ਼ਹੂਰ ਕੀਤਾ ਗਿਆ, ਹੁਣ ਜੇ 15% ਆਰੀਆ ਪੁੱਤਰ ਆ ਤੇ 85% ਸ਼ੂਦਰ ਆ, ਅਗਰ ਆਜ਼ਾਦ ਭਾਰਤ ਦੇ ਵਿੱਚ 85% ਲੋਕਾਂ ਨੂੰ 85% ਹੱਕ ਮਿਲ ਜਾਂਦੇ ਆ, ਕੀ ਇਹ ਵੈਲਫੇਅਰ ਆ ਜਾਂ ਤੁਹਾਡੀ ਹਿੱਸੇਦਾਰੀ ਆ? ਤੁਹਾਡੀ ਹਿੱਸੇਦਾਰੀ ਆ ਨਾ, ਇਹ ਤਾਂ ਰਾਖਵਾਂ, ਤੁਹਾਡਾ 85% ਲੋਕਾਂ ਦਾ ਹੱਕ ਰਾਖਵਾਂ ਰੱਖਣਾ ਚਾਹੁੰਦਾ ਸੀ ਬਾਬਾ ਸਾਹਿਬ ਅੰਬੇਦਕਰ, ਤਾਂ ਕਿ 15% ਲੋਕ ਸਾਨੂੰ ਦੁਬਾਰਾ ਨਾ ਫਿਰ ਗੁਲਾਮ ਕਰਨ, ਜਿੱਦਾਂ ਅੱਜ ਗੁਲਾਮ ਕੀਤਾ ਪ੍ਰਾਈਮ ਮਿਨਿਸਟਰ, ਕਦੇ ਬਾਹਮਣ ਹੋ ਜਾਂਦਾ, ਕਦੇ ਖੱਤਰੀ, ਕਦੇ ਵੈਸ਼, ਤੇ ਸ਼ੂਦਰਾਂ ਚੋਂ ਕਦੇ ਪ੍ਰਾਈਮ ਮਿਨਿਸਟਰ ਨਹੀਂ ਬਣਦਾ, ਸ਼ੂਦਰਾਂ ਤੋਂ ਉੱਚੀਆਂ ਪੋਸਟਾਂ ਨਹੀਂ, ਤੇ ਬਾਬਾ ਸਾਹਿਬ ਇਸ ਕਰਕੇ 85% ਲੋਕਾਂ ਦਾ ਹੱਕ ਰਾਖਵਾਂ ਰੱਖਣ ਦੇ ਲਈ
ਤੋਂ ਬ੍ਰਿਟਿਸ਼ ਦੇ ਕੋਲ ਜਿਹੜੀ ਆ ਰਿਜ਼ਰਵੇਸ਼ਨ ਕਮਿਊਨਲ ਵਾਰਡ ਲਈ ਸੀ, ਪਰ ਉਹਦਾ ਸ਼ੂਦਰਾਂ ਨੇ ਵਿਰੋਧ ਕੀਤਾ ਕਿ ਨਹੀਂ ਸਾਨੂੰ ਨੀ ਚਾਹੀਦੀ, ਤੇ ਉਹਦੇ ਵਿੱਚ ਵੀ ਜਾਣੀ ਕਿ ਬਾਬਾ ਸਾਹਿਬ ਅੰਬੇਦਕਰ ਫੇਲ ਹੋਏ, ਉਹ ਸਾਰਿਆਂ ਲੋਕਾਂ ਨੂੰ 85% ਹੱਕ ਨਹੀਂ ਦਵਾ ਸਕੇ। ਇਸ ਤਰੀਕੇ ਨਾਲ ਵੀ ਬਾਬਾ ਸਾਹਿਬ ਅੰਬੇਦਕਰ ਭਾਰਤ ਦੇ ਵਿੱਚ ਸ਼ੂਦਰਾਂ ਦਾ ਰਾਜ ਬਣਾਉਣਾ ਚਾਹੁੰਦੇ ਸੀ, ਜਿਹਨੂੰ ਬੇਗਮਪੁਰਾ ਖਾਲਸਾ ਰਾਜ ਤੇ ਖਾਲਿਸਤਾਨ ਜਾਂ ਬਰਾਬਰਤਾ ਦਾ ਰਾਜ ਕਿਹਾ ਜਾ ਸਕਦਾ ਸੀ, ਜਿਹਦੇ ਵਿੱਚ 15% ਲੋਕ ਘੱਟ ਗਿਣਤੀ ਵਿੱਚ ਹੋਣੇ ਸੀ ਤੇ ਇਹ ਸਾਡੇ ਤੇ ਮਨੁਸਿਮਰਤੀਆਂ ਜਾਂ ਬੇਦ ਸ਼ਾਸਤਰ ਲਾਗੂ ਨਹੀਂ ਸੀ ਕਰ ਸਕਦੇ। ਹੁਣ ਦੂਜਾ ਤਰੀਕਾ ਕਿਹੜਾ ਸੀ ਬਲਵਾਲ ਜੀ? ਆਨਲਾਈਨ ਹੈ ਆਪਾਂ? ਜੀ 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 ਜੀ। ਦੂਜਾ ਤਰੀਕਾ ਬਾਬਾ ਸਾਹਿਬ ਅੰਬੇਦਕਰ ਦਾ ਇਹ ਸੀ, ਜਿਵੇਂ ਗੁਰੂ ਗ੍ਰੰਥ ਸਾਹਿਬ ਨੂੰ ਸਾਰਾ ਪੜ੍ਹ ਲਿਆ ਸੀ, ਉਹਨਾਂ ਨੂੰ ਪਤਾ ਸੀ ਵੀ ਸਾਰਾ ਕੁਛ ਇਹ 35 ਮਹਾਂਪੁਰਸ਼ਾਂ ਨੇ ਇਹ ਭਾਰਤ ਦੇ ਸ਼ੂਦਰਾਂ ਦੀ ਆਜ਼ਾਦੀ ਦਾ ਕਨਸੈਪਟ ਲਿਖਿਆ। ਉਹਨਾਂ ਨੇ ਸਿੱਖਾਂ ਤੱਕ ਅਪਰੋਚ ਕੀਤੀ ਵੀ ਆਪਾਂ ਕਿਉਂ ਨਾ ਭਾਰਤ ਦੇ ਜਿਹੜੇ ਅਸ਼ੂਤ ਆ ਸਾਰੇ, ਇਹਨਾਂ ਨੂੰ ਸਾਰਿਆਂ ਨੂੰ ਸਿੱਖ ਬਣਾ ਲਈਏ, ਇਹਨਾਂ ਦੇ ਕਿਰਪਾਨਾ ਪਾ ਦਈਏ ਤੇ ਬ੍ਰਿਟਿਸ਼ ਕੋਲ ਅਸੀਂ ਗੱਲ ਕਹੀਏ ਵੀ ਸਿੱਖ ਬਹੁ ਗਿਣਤੀ ਵਿੱਚ ਆ ਤੇ ਪਾਵਰ ਤੁਸੀਂ ਬਾਹਮਣਾਂ ਨੂੰ ਨਾ ਦਵੋ, ਪਾਵਰ ਸਾਨੂੰ ਦਵੋ। ਗੱਲ ਪਾਵਰ ਦੀ ਆ। ਬਾਬਾ ਸਾਹਿਬ ਅੰਬੇਦਕਰ ਨੇ ਸਿੰਘ ਸੱਜ ਕੇ ਰੱਬ ਨਹੀਂ ਸੀ ਲੱਭਣਾ, ਇਹ ਗੱਲ ਨੋਟ ਕਰ ਲਿਓ। ਕੇਸ ਦਾੜੀ ਇਨਸਾਨ ਦੇ ਆਉਂਦੇ ਆ, ਕੇਸ ਦਾੜੀ ਦਸਤਾਰ ਕਿਰਪਾਨ ਜੰਗਲ ਤੋਂ ਆਈ ਆ। ਜਦੋਂ ਆਪਾਂ ਜੰਗਲੀ ਸੀ ਇਨਸਾਨ, ਤੁਸੀਂ ਇਤਿਹਾਸ ਵਿੱਚ ਜਾ ਕੇ ਦੱਸ ਲਿਓ, ਬੇੜ ਦੀ ਵੱਟ ਕੇ ਦੂਜੀ ਦੀ ਘਾਹ ਫੂਸ ਦੀ ਬੇੜ ਬਣਾ ਕੇ ਉਹਦੀ ਦਸਤਾਰ ਪਹਿਨਦਾ ਸੀ, ਤੇ ਤਲਵਾਰ ਜਾਨਵਰਾਂ ਨਾਲ ਲੜਨ ਦੇ ਲਈ, ਜਾਨਵਰਾਂ ਨੂੰ ਮਾਰ ਕੇ ਖਾਣ ਦੇ ਲਈ ਤਲਵਾਰ ਵੀ ਰੱਖਦਾ ਸੀ, ਤੇ ਕੇਸ ਦਾੜਾ ਇਨਸਾਨ ਦਾ ਆਉਂਦਾ ਸੀ, ਕੈਂਚੀ ਦੀ ਕਾਢ ਨਹੀਂ ਸੀ। ਇਹ ਸਾਡਾ ਜੰਗਲ ਤੋਂ ਸੀ, ਪਰ ਇਹ ਆਰੀਆ ਪੁੱਤਰ ਨੇ ਆ ਕੇ ਸਾਡੀ ਦਸਤਾਰ ਵੀ ਲਾਹੀ, ਸਾਨੂੰ ਕੇਸ ਦਾੜਾ ਵੀ ਮੁੰਡਨ ਕਰਨ ਲਈ ਮਜਬੂਰ ਕੀਤਾ, ਸਾਡੀ ਤਲਵਾਰ ਵੀ ਖੋਈ, ਤੇ ਉਹ ਸਾਰਾ ਕੁਛ ਵਾਪਸ ਗੁਰੂ ਸਾਹਿਬ ਨੇ ਲੈ ਕੇ ਦਿੱਤਾ। ਬਾਬਾ ਸਾਹਿਬ ਅੰਬੇਦਕਰ ਜਾਣਦੇ ਸੀ, ਹੁਣ ਉਹ ਸਿੱਖਜ਼ਮ ਭਾਰਤ ਤੇ ਲਾਗੂ ਕਰਨਾ ਚਾਹੁੰਦੇ ਸੀ, ਤਾਂ ਕਿ ਸਾਰੇ ਸਿੰਘ ਸੱਜਣ ਤੇ ਬ੍ਰਿਟਿਸ਼ ਕੋਲ ਅਸੀਂ ਕਹੀਏ ਵੀ ਪਾਵਰ ਸਾਨੂੰ ਦਿੱਤੀ ਜਾਵੇ, ਅਸੀਂ ਸਿੱਖ ਹਾਂ, ਤੇ ਇਹ ਘੱਟ ਗਿਣਤੀ ਚੋਂ ਜਿਹੜੇ ਬ੍ਰਾਹਮਣ ਖੱਤਰੀ ਵੈਸ਼ ਪਾਵਰ ਸਾਡੇ ਕੋਲ ਆਵੇ, ਤਾਂ ਉੱਥੇ ਵੀ ਸਾਥ ਨਹੀਂ ਦਿੱਤਾ। ਜਿਹੜੇ ਮੈਨੂੰ RSS ਸਿੱਖਾਂ ਚ ਕੰਮ ਕਰਦੀ ਸੀ, ਉੱਥੇ ਵੀ ਵਿਰੋਧ ਕੀਤੀ ਗਈ, ਉੱਥੇ ਵੀ ਨੀ ਗੱਲ ਬਣੀ। ਦੋ ਤਰੀਕੇ ਨਾਲ ਉਹ ਭਾਰਤ ਦਾ ਖਾਲਿਸਤਾਨ ਬੇਗਮਪੁਰਾ ਤੇ ਖਾਲਸਾ ਰਾਜ ਬਣਾਉਣਾ ਚਾਹੁੰਦੇ ਸੀ, ਉਹ ਦੋਨੋਂ ਤਰੀਕੇ ਨਾਲ ਸਫਲ ਨਹੀਂ ਹੋ ਸਕੇ, ਪਰ ਉਹਨਾਂ ਨੇ ਸੰਵਿਧਾਨ ਦੇ ਵਿੱਚ ਇੱਕ ਗੱਲ ਲਿਖ ਦਿੱਤੀ ਕਿ ਜਿਹੜੇ ਲੋਕਾਂ ਨੇ ਵਿਰੋਧਤਾ ਕੀਤੀ ਆ ਸਾਈਮਨ ਕਮਿਸ਼ਨ ਦੀ ਵੀ ਸਾਨੂੰ ਸਾਡੇ ਹੱਕ ਨਹੀਂ ਚਾਹੀਦੇ, ਅਸੀਂ 85 ਅਸੀਂ ਰਾਖਵਾਂ ਕਰਨ ਨਹੀਂ ਲੈਣਾ, ਅਸੀਂ ਜਨਰਲ ਕੈਟੇਗਰੀ ਜਾਣਾ, ਵੀ ਇਹਨਾਂ ਨੂੰ ਜਦੋਂ ਜ਼ਮੀਨਾਂ ਦੇ ਮੁੱਲ ਇਹਨਾਂ ਦੇ ਘੱਟ ਜਾਣੇ ਆ, ਤੇ ਜਦ ਜ਼ਮੀਨਾਂ ਘੱਟ ਜਾਣੀਆਂ ਇਹਨਾਂ ਨੂੰ ਉਦੋਂ ਚੇਤਾ ਆਉਣਾ, ਉਹਨਾਂ ਨੇ ਆਰਟੀਕਲ 340 ਲਿਖ ਦਿੱਤਾ। ਆਰਟੀਕਲ 340 ਚ ਲਿਖ ਦਿੱਤਾ ਵੀ ਭਾਰਤ ਦੇ ਵਿੱਚ ਅਜੇ ਵੀ ਜਾਤਾਂ ਤੇ ਜਮਾਤਾਂ ਹੋਰ ਹੈਗੀਆਂ ਜਿਹੜੀਆਂ ਸਾਈਮਨ ਕਮਿਸ਼ਨ ਦੀ ਅਪਰੋਚ ਵਿੱਚ ਨਹੀਂ ਆ ਸਕੀਆਂ, ਵੀ ਉਹਦੇ ਤੇ ਕਮਿਸ਼ਨ ਬੈਠੇ, ਆਰਟੀਕਲ 340 ਦੇ ਅਧੀਨ ਇੱਕ ਕਮਿਸ਼ਨ ਬਣੇ ਜਿਹੜਾ ਉਹਨਾਂ ਨੂੰ ਜਾਤਾਂ ਨੂੰ ਲੱਭੇ, ਤਾਂ ਉਹਨਾਂ ਨੂੰ ਉਹਨਾਂ ਦੀ ਗਿਣਤੀ ਦੇ ਮੁਤਾਬਕ ਆਜ਼ਾਦ ਭਾਰਤ ਦੇ ਸੰਵਿਧਾਨ ਵਿੱਚ ਹਿੱਸਾ ਦਿੱਤਾ ਜਾਵੇ। ਹੁਣ ਜਿਹੜਾ ਜਾਟ ਅੰਦੋਲਨ ਆ ਉਹ ਆਰਟੀਕਲ ਦੇ ਅਧੀਨ ਚੱਲਦਾ, ਗੁਜਰਾਂ ਨੇ ਵੀ ਉਸ ਆਰਟੀਕਲ ਦੇ ਅਧੀਨ ਰਿਜ਼ਰਵੇਸ਼ਨ ਲਈ ਆ, ਪਰ ਜਿਹੜੀ RSS ਆ ਉਹ ਪ੍ਰਚਾਰ ਕਰ ਰਹੀ ਆ ਰਾਖਵਾਂ ਕਰਨ ਵਿਰੋਧ ਹੋਵੇ, ਰਾਖਵਾਂ ਕਰਨ ਦਾ ਵਿਰੋਧ ਹੋਵੇ। ਹੁਣ ਰਾਖਵਾਂ ਕਰਨ ਬੇਸਿਕਲੀ 85% ਲੋਕਾਂ ਦਾ 85% ਜੋਬਾਂ ਦੇਣ ਦਾ ਹੱਕ ਹੈ, ਉਹ ਰਾਖਵਾਂ ਕਰਨ ਵੈਲਫੇਅਰ ਨਹੀਂ ਹੈਗਾ, ਸੰਵਿਧਾਨ ਦੇ ਵਿੱਚ ਵੈਲਫੇਅਰ ਦੀ ਵੀ ਪ੍ਰੋਵੀਜ਼ਨ ਹੈਗੀ ਆ, ਪਰ ਰਾਖਵਾਂ ਕਰਨ ਸਾਨੂੰ ਗੁਲਾਮ ਕੀਤਾ ਗਿਆ ਜਾਤੀ ਦੇ ਆਧਾਰ ਤੇ, ਔਰ ਜਾਤੀ ਦੇ ਆਧਾਰ ਤੇ ਸਾਡੇ ਨਾਲ ਨਫ਼ਰਤ ਕੀਤੀ ਗਈ, ਤੇ ਜਿਹੜਾ ਸੰਵਿਧਾਨ ਕਹਿੰਦਾ 100-200 ਸਾਲ ਜਾਤੀ ਦੇ ਆਧਾਰ ਤੇ 85% ਲੋਕ ਅਗਰ ਰਿਜ਼ਰਵੇਸ਼ਨ ਲੈਂਦੇ ਰਹੇ, 85% ਜੋਬਾਂ ਲੈਂਦੇ ਰਹੇ, ਜਦੋਂ ਸਾਰੇ ਲੋਕ ਪੜ੍ਹ ਲੈ ਗਏ, ਇਹਨਾਂ ਦੇ ਜਿਹੜੇ ਬੱਚੇ ਆ ਉਹਨਾਂ ਨੇ ਜਦੋਂ ਐਂਟਰ ਕਾਸਟ ਮੈਰਿਜ ਕਰਾ ਲਿਆ ਪੜ੍ਹ ਲਿਖ ਕੇ, ਤਾਂ ਉਸ ਵੇਲੇ ਜਿਹੜੀ ਗਾਹਾਂ ਔਲਾਦ ਪੈਦਾ ਹੋਣੀ ਆ ਉਹ ਸਿੱਖ ਪੈਦਾ ਹੋਣੀ, ਉਹਦੀ ਕੋਈ ਜਾਤ ਨਹੀਂ ਹੋਣੀ, ਉਹਦੀ ਜਾਤ ਨਹੀਂ ਹੋਣੀ ਤੇ ਸੰਵਿਧਾਨ ਲਾਗੂ ਨਹੀਂ ਹੋਣਾ ਉਹਨਾਂ ਤੇ। ਜਿੱਦਾਂ ਗੁਰੂ ਗ੍ਰੰਥ ਸਾਹਿਬ ਜਾਤ ਖਤਮ ਕਰਦਾ, ਇੱਦਾਂ ਸੰਵਿਧਾਨ ਵੀ ਜਾਤ ਖਤਮ ਕਰਦਾ, ਪਰ RSS ਦਾ ਪ੍ਰਚਾਰ ਇੰਨਾ ਉਹਨਾਂ ਨੇ ਸੰਵਿਧਾਨ ਵਿਰੋਧੀ ਕੀਤਾ, ਸਾਰਿਆਂ ਨੂੰ ਸੰਵਿਧਾਨ ਵਿਰੋਧੀ ਕੀਤਾ, RSS ਸੰਵਿਧਾਨ ਨੂੰ ਲਾਈਕ ਨਹੀਂ ਕਰਦੀ, ਪਰ ਉਹਨਾਂ ਨੇ ਇੰਨਾ ਪ੍ਰਚਾਰ ਕੀਤਾ, ਸਿੱਖਾਂ ਨੂੰ ਵੀ ਕਹਿਤਾ ਆਰਟੀਕਲ 25(2) ਵਿੱਚ ਤੁਹਾਨੂੰ ਹਿੰਦੂ ਲਿਖਿਆ, ਜਦੋਂ ਕਿ ਨਹੀਂ ਲਿਖਿਆ, ਉੱਥੇ ਸੈਮੀਨਾਰ ਨਹੀਂ ਕਰਾਏ ਕਰਵਾਉਣ ਦਿੰਦੀ RSS, ਜਿੱਥੇ ਕਨਫਿਊਜ਼ਨ ਆ ਵੀ ਸੰਵਿਧਾਨ ਚ ਆ ਗੱਲ ਸਹੀ ਨਹੀਂ ਲਿਖੀ, ਉੱਥੇ ਸੈਮੀਨਾਰ ਹੋਣੇ ਚਾਹੀਦੇ ਅੰਬੇਡਕਰ ਜਥੇਬੰਦੀਆਂ, ਪਰ ਨਹੀਂ ਕਰਵਾਉਣ ਦਿੰਦੇ। ਉਹ ਸੰਵਿਧਾਨ ਨੂੰ ਖਤਮ ਕਰਕੇ ਦੁਬਾਰਾ ਸੰਵਿਧਾਨ ਲਿਖਣਾ ਚਾਹੁੰਦੀ ਆ ਜਿਹੜਾ ਮਨੁਸਿਮ੍ਰਤੀ ਦੇ ਮੁਤਾਬਕ ਹੋਵੇ, ਤਾਂ ਕਿ ਤੁਹਾਨੂੰ ਗੁਲਾਮ ਬਣਾਇਆ ਜਾ ਸਕੇ। ਜਿੰਨਾ ਚਿਰ ਅਸੀਂ ਇਹ ਗੱਲ ਨਹੀਂ ਸਮਝਦੇ ਉਨਾ ਚਿਰ ਅਸੀਂ ਗੁਲਾਮ ਰਹਾਂਗੇ, ਤੇ ਜਿੰਨਾ ਚਿਰ ਅਸੀਂ 2% ਸਮਝਦੇ ਆਪਣੇ ਆਪ ਨੂੰ ਉਨਾ ਚਿਰ ਫਿਰ ਗੁਲਾਮ ਰਹਾਂਗੇ, ਕਿਉਂਕਿ ਅਸੀਂ 2% ਲੈਖ ਸਿੱਖ ਨਹੀਂ ਹੈਗੇ। ਜੇ ਅਸੀਂ ਲੈਖ ਸਿੱਖ ਹੁੰਦੇ ਸੀ ਭਾਰਤ ਦੇ 83% ਜਿਹੜੇ ਸਾਡੇ ਭਰਾ ਆ ਉਹ ਵੀ ਸਿੱਖ ਬਣਾਏ ਹੋਣੇ, ਅਸੀਂ ਕਿਤੇ ਨਾ ਕਿਤੇ ਗੁਰੂ ਗ੍ਰੰਥ ਸਾਹਿਬ ਦੀ ਜੋ ਸੋਚ ਆ ਉਹਨਾਂ ਗਦਾਰੀ ਕਰ ਰਹੇ ਹਾਂ, ਜਿਸ ਕਰਕੇ ਸਾਡੀ ਗਿਣਤੀ ਨਹੀਂ ਵੱਧ ਰਹੀ, ਜਿਸ ਕਰਕੇ ਭਾਰਤ ਵੱਲ ਨੂੰ ਵੱਧ ਨਹੀਂ ਰਹੇ। ਜੀ ਜੀ ਬਿਲਕੁਲ ਬਿਲਕੁਲ, ਇਸ ਦੇ ਨਾਲੇ
ਇਸ ਦੇ ਨਾਲ ਭਾਈ ਸਾਹਿਬ ਜੀ ਸਾਡੇ ਕੋਲ ਦੋ ਸਵਾਲ ਆਏ ਨੇ। ਪਹਿਲਾ ਸਵਾਲ ਆਇਆ ਭਾਈ ਦਲਪ੍ਰੀਤ ਸਿੰਘ ਜੀ ਦਾ ਨਿਊਜ਼ੀਲੈਂਡ ਤੋਂ। ਉਹ ਪੁੱਛਦੇ ਨੇ ਕਿ ਜਿਹੜੀਆਂ ਕਲਾਸਾਂ ਦਾ ਜ਼ਿਕਰ ਕੀਤਾ ਗਿਆ ਆ, ਕੀ ਤੁਸੀਂ ਔਨ ਏਅਰ ਦੱਸ ਸਕਦੇ ਹੋ ਕਿ ਕੋਈ ਸੰਸਥਾ ਜਾਂ ਕੋਈ ਵਿਅਕਤੀ ਜਿਹੜੇ ਗਰਾਊਂਡ ਫੀਲਡ ਦੇ ਵਿੱਚ ਕੰਮ ਕਰਦੇ ਹੋਣ, ਜਿਨ੍ਹਾਂ ਦੇ ਨਾਲ ਮਿਲ ਕੇ ਕਲਾਸਾਂ ਜੁਆਇਨ ਕੀਤੀਆਂ ਜਾ ਸਕਣ, ਤਾਂ ਜੋ ਜਿਹੜੀ ਜਾਣਕਾਰੀ ਆ ਜਿਹਦੇ ਬਾਰੇ ਤੁਸੀਂ ਗੱਲ ਕੀਤੀ ਕਿ ਅਸੀਂ ਪ੍ਰੋਗਰਾਮ ਦੇ ਵਿੱਚ ਐਡੀ ਵੱਡੀ ਜਾਣਕਾਰੀ ਨਹੀਂ ਸਾਂਝੀ ਕਰ ਸਕਦੇ, ਉਹਦੇ ਲਈ ਕਲਾਸਾਂ ਅਟੈਂਡ ਕਰਨੀਆਂ ਜ਼ਰੂਰੀ, ਉਹ ਪੁੱਛਦੇ ਨੇ ਕਿ ਉਹਨਾਂ ਦਾ ਕੋਈ ਸੰਪਰਕ ਨੰਬਰ ਦਿੱਤਾ ਜਾਵੇ। ਨਾਲ ਦੀ ਨਾਲ ਸਾਡੇ ਕੋਲ ਮੈਸੇਜ ਆਇਆ ਭਾਈ ਸੁਰਜੀਤ ਸਿੰਘ ਜੀ ਦਾ ਇਟਲੀ ਤੋਂ। ਉਹ ਪੁੱਛਦੇ ਨੇ ਕਿ ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਨੇ ਜਦੋਂ ਸੰਵਿਧਾਨ ਲਿਖਿਆ ਤੇ ਕੀ ਉਹ ਸਾਰਾ ਦਾ ਸਾਰਾ ਅਧਿਕਾਰ ਡਾਕਟਰ ਭੀਮ ਰਾਓ ਸਾਹਿਬ ਨੂੰ ਹੀ ਦਿੱਤਾ ਗਿਆ ਸੀ ਜਾਂ ਉਸ ਦੀ ਕੋਈ ਕਮੇਟੀ ਸੀ, ਵਰਕਿੰਗ ਕਮੇਟੀ ਜਿਹਦੇ ਵਿੱਚ ਬਾਹਮਣ ਜਾਂ ਹੋਰ ਬੰਦੇ ਵੀ ਸ਼ਾਮਿਲ ਸਨ? ਕਿਉਂਕਿ ਉਹਨਾਂ ਦਾ ਸਵਾਲ ਹੈ ਕਿ ਜਦੋਂ ਵੀ ਕੋਈ ਵੀ ਮਾੜੀ ਘਟਨਾ ਵਾਪਰਦੀ ਹੈ ਤੇ ਅਕਸਰ ਭਾਰਤੀ ਤੰਤਰ ਡਾਕਟਰ ਭੀਮ ਰਾਓ ਸਾਹਿਬ ਨੂੰ ਜ਼ਿੰਮੇਵਾਰ ਠਹਿਰਾਉਣ ਦੀ ਕੋਸ਼ਿਸ਼ ਕਰਦਾ ਕਿ ਇਹ ਸੰਵਿਧਾਨ ਉਸਨੇ ਲਿਖਿਆ ਸੀ ਤੇ ਉਹੀ ਜ਼ਿੰਮੇਵਾਰ ਹੈ ਇਸ ਗੱਲ ਦਾ, ਤੇ ਇਹਦੇ ਬਾਰੇ ਤੁਸੀਂ ਦੋ ਜਵਾਬ ਜੀ ਦੇ। ਮੈਂ ਦੂਜੇ ਕੁਐਸਚਨ ਦਾ ਸਵਾਲ ਪਹਿਲਾਂ ਦਿੰਦਾ। 293 ਸੰਵਿਧਾਨ ਘਾੜਨੀ ਕਮੇਟੀ ਦੇ ਵਿੱਚ ਮੈਂਬਰ ਸੀ, ਸੰਵਿਧਾਨ ਸਭਾ ਦੇ ਜਿਹੜੀ ਸੰਵਿਧਾਨ ਘਾੜਨੀ ਕਮੇਟੀ ਸੀ ਉਹਦੇ 293 ਮੈਂਬਰ ਸੀ। 293 ਵਿੱਚ 210 ਤਾਂ ਸਿੱਧੇ ਹਿੰਦੂ ਸੀ, ਬ੍ਰਾਹਮਣਵਾਦੀ ਜਿਹੜੇ ਆਰੀਆ ਪੁੱਤਰ, 210 ਉਹ ਸਾਰੇ ਜਿੱਤ ਕੇ ਆਏ ਸੀ। ਬਾਬਾ ਸਾਹਿਬ ਅੰਬੇਦਕਰ ਵੀ ਬੰਗਾਲ ਤੋਂ ਜਿੱਤ ਕੇ ਆਏ ਸੀ, ਏਦਾਂ ਨੀ ਕਿ ਉੱਦਾਂ ਹੀ ਬਣਾ ਲਿਆ, ਇਹ ਜਿੱਤ ਕੇ ਆਏ ਸੀ ਇਲਾਕਿਆਂ ਦੇ ਵਿੱਚੋਂ, ਜਿੱਤ ਕੇ ਆ ਕੇ 293 ਸੰਵਿਧਾਨ ਸਭਾ ਦੀ ਕਮੇਟੀ, ਉਹਦੇ ਚੇਅਰਮੈਨ ਬਾਬਾ ਸਾਹਿਬ ਅੰਬੇਦਕਰ ਸੀ, ਜਿਹੜੇ ਡਰਾਫਟਮੈਨ ਸੀ ਉਹ ਇਹ ਸੀਗੇ। ਇਹਨਾਂ ਦੇ ਕੋਲ ਜਾਣੀ ਕਿ ਜਿਹੜਾ ਲਾਅ ਪਾਸ ਹੋਣਾ ਸੀ, ਜਿੱਦਾਂ ਹੁਣ ਬਾਬਾ ਸਾਹਿਬ ਅੰਬੇਦਕਰ ਹਿੰਦੂ ਨੂੰ ਧਰਮ ਨਹੀਂ ਸੀ ਮੰਨਦੇ, ਉਹਨਾਂ ਦੇ ਕਿਤਾਬਾਂ ਪੜ੍ਹ ਕੇ ਦੇਖੋ, ਉਹਨਾਂ ਨੇ ਲਿਖਿਆ ਕਿ ਹਿੰਦੂ ਕੋ ਧਰਮ ਨਹੀਂ, ਇਹ ਤਾਂ ਸਿਰਫ ਸਾਨੂੰ ਗੁਲਾਮ ਕਰਨ ਦੇ ਲਈ ਇਹਨਾਂ ਨੇ ਗ੍ਰੰਥ ਲਿਖੇ ਵਾ। ਹੁਣ ਸੰਵਿਧਾਨ ਦੇ ਵਿੱਚ 210 ਬੰਦੇ ਤਾਂ ਇੱਕ ਪਾਸੇ ਸਿੱਧਾ ਕਹਿੰਦੇ ਆ, ਤੇ 210 ਦੇ ਨਾਲ 48 ਹੋਰ ਆ ਬੰਦੇ ਸ਼ੂਦਰ ਜਿਹੜੇ ਕਹਿੰਦੇ ਆ ਉਹ ਵੀ ਹਾਂ ਹਿੰਦੂ ਧਰਮ ਆ। ਹੁਣ ਉਹ ਕਹਿੰਦੇ ਆ ਵੀ ਸਾਡਾ ਇਹ ਧਰਮ ਆ, ਤੂੰ ਕਿੱਦਾਂ ਨੀ ਮੰਨਦਾ, ਬਹੁ ਗਿਣਤੀ ਸਾਡੀ ਆ, 2/3 ਮੈਜੋਰਟੀ ਸਾਡੀ ਆ, ਲਿਖ ਸੰਵਿਧਾਨ ਦੇ ਵਿੱਚ ਹਿੰਦੂ ਧਰਮ ਆ, ਇਹਦੀ ਅਸੀਂ ਪ੍ਰੈਕਟਿਸ ਕਰਨੀ, ਤੇ ਬਾਬਾ ਸਾਹਿਬ ਨੂੰ ਉਹ ਧਰਮ ਲਿਖਣਾ ਜੇ, ਜਦੋਂ ਕਿ ਕਿਤਾਬਾਂ ਵਿੱਚ ਉਹ ਕਹਿੰਦੇ ਹਿੰਦੂ ਧਰਮ ਨੀ। ਇੱਦਾਂ ਬਹੁਤ ਗੱਲਾਂ ਜਿਹੜੀਆਂ ਐਸੀਆਂ ਆ ਜਿਹੜੀਆਂ ਬਾਬਾ ਸਾਹਿਬ ਨੂੰ ਉਹਨੂੰ ਮਨਾਈਆਂ, ਪਰ ਬਾਬਾ ਸਾਹਿਬ ਜੀ ਜੀ ਬਿਲਕੁਲ 2/3 ਮੈਜੋਰਟੀ ਦੇ ਨਾਲ ਉਹਨਾਂ ਨੂੰ ਮਜਬੂਰ ਕੀਤਾ ਗਿਆ ਕਿ ਉਹ ਇਹ ਗੱਲਾਂ ਨੂੰ ਲਿਖਣ, ਪਰ ਜਦੋਂ ਹੁਣ ਉਹ ਗੱਲਾਂ ਸਾਹਮਣੇ ਆਉਂਦੀਆਂ ਤੇ ਅਕਸਰ ਇਹ ਪ੍ਰੋਪੇਗੰਡਾ ਕਰਕੇ ਡਾਕਟਰ ਸਾਹਿਬ ਦਾ ਹੀ ਨਾਮ ਲਾਉਂਦੇ ਆ ਕਿ ਭੀਮ ਰਾਓ ਅੰਬੇਦਕਰ ਸਾਹਿਬ ਨੇ ਲਿਖਿਆ ਹੈ। ਜੀ ਜੀ ਦੇਖੋ ਫਿਰ ਦੋ ਹੋਰ ਦੇਖੋ, ਉਹ ਜਿਹੜੇ ਨਾ ਉਹ ਕਹਿੰਦੇ ਹਿੰਦੂ ਨੂੰ ਧਰਮ ਲਿਖੋ, ਹਨਾ, ਉਹ ਬਾਬਾ ਸਾਹਿਬ ਅੰਬੇਦਕਰ ਨੂੰ ਉਹ ਗੱਲ ਲਿਖਣੀ ਪਈ ਵੀ ਹੁਣ ਜਦੋਂ ਇਹ ਸਾਰੇ ਕਹਿੰਦੇ ਆ, ਉਹਨੇ ਫਿਰ ਭਾਰਤ ਨੂੰ ਕਹਿੰਦੇ ਸੀ ਹਿੰਦੁਸਤਾਨ ਲਿਖਿਆ, ਬਾਬਾ ਸਾਹਿਬ ਅੰਬੇਦਕਰ ਕਹਿੰਦੇ ਇਹ ਨਹੀਂ ਹੋ ਸਕਦਾ, ਮੈਂ ਰੈਵੋਲੂਸ਼ਨ ਖੜਾ ਕਰ ਦੂੰ ਭਾਰਤ ਦੇ ਵਿੱਚ, ਵੀ ਭਾਰਤ ਜਿਹੜਾ ਆ ਇਹ ਸਾਡੇ ਮੂਲ ਵਾਸੀ ਨਾ ਆ, ਇਹੀ ਰੱਖਣਾ, ਅਸੀਂ ਇਹਨੂੰ ਹਿੰਦੁਸਤਾਨ ਨਹੀਂ ਰੱਖ ਸਕਦੇ। ਪਰ ਦੁੱਖ ਦੀ ਗੱਲ ਆ ਸਾਰੀ ਦੁਨੀਆਂ ਇਹਨੂੰ ਹਿੰਦੁਸਤਾਨ ਕਹਿ ਰਹੀ ਆ, ਤੇ ਬਾਬਾ ਸਾਹਿਬ ਅੰਬੇਦਕਰ ਨੇ ਇਹ ਤੇ ਰੈਵੋਲੂਸ਼ਨ ਖੜਾ ਕਰਨ ਦੀ ਗੱਲ ਕੀਤੀ, ਉਹਦਾ ਨਾਂ ਭਾਰਤ ਲਿਖਿਆ। ਤੇ ਉਦੋਂ ਬਾਅਦ ਤੁਸੀਂ ਦੇਖੋ ਵੀ ਜਿਹੜੇ ਬੰਦੇ ਉਹਨਾਂ ਨੇ ਪਾਏ ਸੀ, ਹੁਣ ਆਪਣੇ ਸਿੱਖਾਂ ਦੇ ਹੁਕਮ ਸਿੰਘ ਤੇ ਦੂਜੇ ਦੋ ਬੰਦੇ ਉੱਥੇ ਗਏ, ਹੁਣ ਇਹਨਾਂ ਦੀਆਂ ਡਿਬੇਟਸ ਕਰਾ ਕੇ ਦੇਖੋ ਵੀ ਇਹਨਾਂ ਦਾ ਕੀ ਯੋਗਦਾਨ ਸੀ ਸੰਵਿਧਾਨ ਦੇ ਵਿੱਚ। ਇਹ ਤਾਂ ਕੰਮੇ ਬ੍ਰਾਹਮਣਵਾਦ ਲਈ ਕਰਦੇ ਸੀ, ਇਹਨਾਂ ਤੇ ਬਾਅਦ ਚ ਵਜ਼ੀਰੀਆਂ ਦਾ ਆਨੰਦ ਮਾਣਿਆ, ਇਹ ਤਾਂ ਗਿਣਤੀ ਸੀ ਉੱਦਾਂ ਹੀ ਕੀਤੀ, ਇਹ ਆਪਣੇ ਸਾਰੇ ਕੰਮ ਤਾਂ ਬਾਬਾ ਸਾਹਿਬ ਅੰਬੇਦਕਰ ਦੇ ਖਿਲਾਫ਼ ਕਰਦੇ ਸੀ। ਜੀ ਜੀ ਇਹ ਕੰਮ ਬਾਬਾ ਸਾਹਿਬ ਅੰਬੇਦਕਰ ਤਾਂ ਇੱਕ ਜਾਣੀ ਕਿ ਜੇ ਬਹੁਤ ਗਿਣਤੀ ਹੁੰਦੀ ਪਤਾ ਨੀ ਉਹਨੇ ਕੀ ਕੁਛ ਕਰ ਦੇਣਾ ਸੀ, ਹਿੰਦੂ ਨੂੰ ਤਾਂ ਧਰਮ ਲਿਖਣਾ ਹੀ ਨਹੀਂ ਚਾਹੁੰਦੇ ਸੀ, ਫਿਰ ਵੀ ਉਹਨਾਂ ਨੇ ਕਿਹਾ ਵੀ ਜੇ ਤੁਹਾਡਾ ਇਹ ਧਰਮ ਆ ਪਰ ਇਹ ਤੁਹਾਡੇ ਧਰਮ ਜੀ ਵੀ ਤੁਸੀਂ ਪ੍ਰੈਕਟਿਸ ਕਰਨੀ ਆ, ਤਾਂ ਤੁਹਾਡਾ ਮੋਰੈਲਿਟੀ ਡਿਸਟਰਬ ਨਹੀਂ ਹੋਣੀ ਚਾਹੀਦੀ, ਊਚ ਨੀਚ ਨਹੀਂ ਹੋਣੀ ਚਾਹੀਦੀ, ਸਾਰਾ ਇਹਨਾਂ ਤੇ ਪਾਬੰਦੀਆਂ ਲਾਈਆਂ। ਔਰ ਜਿਹੜਾ ਪ੍ਰਿਜੰਬਲ ਦਾ ਸੰਵਿਧਾਨ ਦਾ ਉਹ ਗੁਰੂ ਗ੍ਰੰਥ ਸਾਹਿਬ ਦੇ ਪੈਟਰਨ ਤੇ ਆ, ਬਰਾਬਰਤਾ ਦੇ ਆਧਾਰ ਗੁਰੂ ਗ੍ਰੰਥ ਜਿਹੜਾ ਸੰਵਿਧਾਨ ਹੈ, 4000 ਸਾਲ ਦੇ ਬਾਅਦ ਸ਼ੂਦਰਾਂ ਨੂੰ ਇੱਕ ਬਰਾਬਰਤਾ ਦਾ ਡਾਕੂਮੈਂਟ ਮਿਲਿਆ ਜਿਹਨੂੰ RSS ਖਤਮ ਕਰਨਾ ਚਾਹੀਦਾ, ਜਿਹਦੇ ਅਗੇਂਸਟ ਪ੍ਰਚਾਰ ਕੀਤਾ ਆ। ਅਗਰ 85% ਲੋਕ ਇਕੱਠੇ ਹੋ ਜਾਂਦੇ ਆ, ਜੇ ਉਹਦੇ ਵਿੱਚ ਕੋਈ ਗਲਤ ਗੱਲ ਲਿਖੀ ਹੋਆ ਸਾਰੇ ਆਪਾਂ ਇਕੱਠੇ ਹੋ ਕੇ ਆਪਾਂ ਚੇਂਜ ਵੀ ਕਰ ਸਕਦੇ ਹਾਂ, ਪਰ ਲਿਖੀ ਹੋਈ ਨਹੀਂ ਕੋਈ ਵੀ। ਹੁਣ ਜਿੱਦਾਂ ਸਾਡੇ ਮਨ 'ਚ ਵੀ ਸ਼ੱਕ ਹੁੰਦਾ ਸੀ ਵੀ ਸਿੱਖਾਂ ਨੂੰ ਹਿੰਦੂ ਲਿਖਿਆ, ਬੋਧੀਆਂ ਨੂੰ, ਜੈਨੀਆਂ ਨੂੰ, ਤੇ ਬਾਬਾ ਸਾਹਿਬ ਇੱਕ ਪਾਸੇ ਕਹਿੰਦੇ ਆ ਹਿੰਦੂ ਕੋਈ ਧਰਮ ਨਹੀਂ, ਇਹ ਗੁਲਾਮੀ ਦਾ ਸਿਸਟਮ ਆ, ਵੀ ਇਹ ਧਰਮ ਨੂੰ ਮੈਂ ਤਿਆਗ ਕੇ, ਵੀ ਇਹ ਕਹਿੰਦੇ ਮੈਂ ਹਿੰਦੂਆਂ 'ਚ ਜੰਮਿਆ, ਵੀ ਮੈਂ ਇਹਨੂੰ ਤਿਆਗ ਕੇ ਮੈਂ ਹੋਰ ਧਰਮ ਅਪਣਾਊਂਗਾ। ਜੇ ਉਹ ਬੋਧੀਆਂ ਸਿੱਖਾਂ ਤੇ ਜੈਨੀਆਂ ਨੂੰ ਹਿੰਦੂ ਲਿਖਣਾ ਹੁੰਦਾ ਸੀ ਫਿਰ ਬਾਬਾ ਸਾਹਿਬ ਅੰਬੇਦਕਰ ਦੀ ਕਿਹੜੀ ਕਿਹੜੀ ਕਾਸੂ ਸੀ, ਫਿਰ ਤਾਂ ਹਿੰਦੂ ਦਾ ਹਿੰਦੂ ਰਹਿ ਗਿਆ। ਇਹ RSS ਨੇ ਪ੍ਰਚਾਰ ਇੰਨਾ ਕਰ ਦਿੱਤਾ ਸਾਡੇ ਲੀਡਰ ਖਰੀਦ ਕੇ, ਜਿਹੜੇ ਸਿੱਖਾਂ ਨੂੰ ਇੱਕ ਗੁੰਮਰਾਹ ਕਰ ਦਿੱਤਾ ਵੀ ਸੰਵਿਧਾਨ ਦੇ ਵਿੱਚ ਸਾਨੂੰ ਹਿੰਦੂ ਲਿਖਿਆ, ਬਾਬਾ ਸਾਹਿਬ ਅੰਬੇਦਕਰ ਨੂੰ ਰਿਜੈਕਟ ਕਰ ਦਿੱਤਾ, ਤਾਂ ਕਿ ਜਿਹੜੀ ਅੰਬੇਦਕਰ ਨੈਸ਼ਨਲ ਲੈਵਲ ਤੇ ਮੂਵਮੈਂਟ ਚੱਲਦੀ ਆ ਉਹਦਾ ਵਿਰੋਧ ਤਾਂ ਕੀਤਾ ਜਾ ਸਕੇ।
ਇਹਨਾਂ ਚ ਬ੍ਰਦਰਹੁੱਡ ਨਾ ਪੈਦਾ ਹੋ ਜਾਵੇ, ਟੱਚੇਬਲ ਤੇ ਅਨਟੱਚੇਬਲ ਚ ਬ੍ਰਦਰਹੁੱਡ ਨਾ ਪੈਦਾ ਹੋ ਜਾਵੇ, ਇਹ ਇਸ ਕੰਮ ਦੇ ਲਈ ਉਹ ਸੰਵਿਧਾਨ ਦੇ ਖਿਲਾਫ ਚੱਲ ਰਿਹਾ। ਪਹਿਲਾ ਕੁਐਸਚਨ ਕੀ ਸੀ? ਪਹਿਲਾ ਕੁਐਸਚਨ ਸੀਗਾ ਉਹਨਾਂ ਦਾ ਕਿ ਕਲਾਸਾਂ ਅਟੈਂਡ ਕਰਨੀਆਂ ਹੋਣ ਤੇ ਕੀ ਪ੍ਰੋਸੀਜਰ ਹੈ, ਕਿਵੇਂ ਅਟੈਂਡ ਕੀਤੀਆਂ ਜਾ ਸਕਦੀਆਂ, ਕਿਸ ਨੂੰ ਸੰਪਰਕ ਕੀਤਾ ਜਾ ਸਕਦਾ। ਔਰ ਉਹਨਾਂ ਦਾ ਇਹ ਕੁਐਸਚਨ ਇਹ ਵੀ ਮਹੱਤਵਪੂਰਨ ਹੈ ਕਿ ਵਿਦੇਸ਼ਾਂ ਦੇ ਵਿੱਚ ਬੈਠੇ ਵੀਰ ਜਿਹੜੇ ਉਹ ਕਿਵੇਂ ਇਸ ਪ੍ਰੋਸੈਸ ਦੇ ਵਿੱਚ ਸ਼ਾਮਲ ਹੋ ਸਕਦੇ ਆ। ਜੀ ਖਾਲਸਾ ਜੀ, ਉਹ ਦੇਖੋ ਵਰਲਡ ਵਾਈਡ ਜਾ ਕੇ ਕਲਾਸਾਂ ਦਿੰਦੇ ਆ, ਜਦੋਂ ਤੁਸੀਂ ਉਹਨਾਂ ਨੂੰ ਸੱਦੋਗੇ 100-50 ਤੁਹਾਡੇ ਕੋਲ ਬੰਦਾ ਹੋਊਗਾ, ਕਲਾਸਾਂ ਦਿੰਦੇ ਸਾਰੀ ਜਗ੍ਹਾ ਜਾ ਕੇ ਦਿੰਦੇ ਕਲਾਸਾਂ। ਬਾਮ ਸੇਰ ਜਿਹੜੀ ਆ ਉਹਨੇ ਰੈਵੋਲੂਸ਼ਨ ਖੜਾ ਕੀਤਾ ਹੈ, ਉਹ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਦੀ ਆ, ਉਹ ਬਰਾਬਰਤਾ ਦੀ ਗੱਲ ਕਰ ਰਹੀ ਆ। ਬੀਐਸਪੀ ਜਿਹੜੀ ਆ, ਹੁਣ ਮੈਂ ਨੀ ਚਾਹੁੰਦਾ ਸੀ ਵੀ ਮੈਂ ਪੋਲੀਟੀਕਲ ਗੱਲ ਵੀ ਕਰਾਂ, ਜਿਹੜੀ ਬੀਐਸਪੀ ਉਹਨਾਂ ਦਾ ਮੈਨੀਫੈਸਟੋ ਵੀ ਗੁਰੂ ਗ੍ਰੰਥ ਸਾਹਿਬ ਆ, ਉਹ ਵੀ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਦੇ, ਉਹ ਵੀ ਹਿੰਦੂ ਰਾਸ਼ਟਰ ਦੇ। ਹੁਣ ਇੱਕੋ ਇੱਕ ਪਾਰਟੀ ਆ ਜਿਹੜੀ ਹਿੰਦੂ ਰਾਸ਼ਟਰ ਨੂੰ ਰਿਜੈਕਟ ਕਰਦੀ ਆ, ਬਾਕੀ ਤਾਂ ਚੁੱਪ ਆ ਸਾਰੀਆਂ। ਮਾਇਆਵਤੀ ਜਾਂ ਇੱਧਰ ਕਰੀਮਪੁਰੀ ਹਿੰਦੂ ਰਾਸ਼ਟਰ ਦੇ ਖਿਲਾਫ਼, ਬੀਐਸਪੀ ਹਿੰਦੂ ਰਾਸ਼ਟਰ ਖਿਲਾਫ਼ ਗੱਲ ਕਰਦੀ ਆ, ਕਿਉਂਕਿ ਦੁੱਖ ਵੀ ਉਹਨਾਂ ਨੂੰ, ਗੁਲਾਮ ਵੀ ਉਹਨਾਂ ਨੂੰ ਹੋਣਾ। ਜਿਹੜਾ ਟੱਚੇਬਲ ਸ਼ੂਦਰ ਉਹ ਤਾਂ ਚੁੱਪ ਕਰਕੇ ਬੈਠਾ, ਉਹ ਤਾਂ ਬੋਲਦਾ ਹੀ ਨਹੀਂ। ਉਹ ਤਾਂ ਜਦੋਂ ਖਾਲਸਾ ਦੀ ਗੱਲ ਕਰਦਾ ਕੁੱਟ ਖਾ ਲੈਂਦਾ, ਉਹ ਉੱਥੋਂ ਇੱਥੋਂ ਨਹੀਂ ਨਿਕਲ ਰਿਹਾ। ਇਸ ਕਰਕੇ ਜਿਹੜਾ ਟੱਚੇਬਲ ਸ਼ੂਦਰ ਆ, ਜਿਹੜਾ ਇਸ ਵੇਲੇ ਸਿੱਖ ਬਣ ਚੁੱਕਾ, ਉਹਨੂੰ ਦੱਸਣਾ ਪੈਣਾ ਬੇਗਮਪੁਰਾ ਖਾਲਸਾ ਦਾ ਕੀ ਆ, ਉਹਨਾਂ ਨੂੰ ਆਪਣੇ ਭਰਾਵਾਂ ਤੱਕ ਜਾਣਾ ਪੈਣਾ, ਗੁਰੂ ਗ੍ਰੰਥ ਸਾਹਿਬ ਦੀ ਥੋਟ ਲੈ ਕੇ ਜਾਣੀ ਪੈਣੀ ਹੈ। ਜੇ ਨਹੀਂ ਲੈ ਕੇ ਜਾਂਦਾ ਤਾਂ ਕੁੱਟ ਖਾਊਗਾ। ਇੱਦਾਂ ਹੀ ਜਿਹੜੀਆਂ ਅੰਬੇਡਕਰ ਜਥੇਬੰਦੀਆਂ, ਉਹਨਾਂ ਨੂੰ ਵੀ ਥੋਟ ਦੂਜੇ ਤੱਕ ਲੈ ਕੇ ਜਾਣੀ ਪੈਣੀ ਹੈ, ਨਹੀਂ ਜਾਣਾ ਤਾਂ ਹਿੰਦੂ ਰਾਸ਼ਟਰ ਬਣ ਜਾਣਾ। ਇਸ ਕਰਕੇ ਇਹਨਾਂ ਲੋਕਾਂ ਦਾ ਇਕੱਠੇ ਹੋਣਾ ਬਹੁਤ ਜ਼ਰੂਰੀ ਆ, ਬੇਹੱਦ ਜ਼ਰੂਰੀ ਆ ਇਹਨਾਂ ਲੋਕਾਂ ਦਾ ਇਕੱਠੇ ਹੋਣਾ। ਪੋਲੀਟੀਕਲ ਦੇ ਨਾਲੋਂ ਜ਼ਿਆਦਾ ਜਿਹੜੀਆਂ ਸੋਸ਼ਲ ਮੂਵਮੈਂਟਾਂ, ਇਹਨਾਂ ਦੇ ਨਾਲ ਜੁੜੋ ਔਰ ਗੁਰੂ ਗ੍ਰੰਥ ਸਾਹਿਬ ਨੂੰ ਭਾਰਤ ਦਾ ਗ੍ਰੰਥ ਬਣਾਉਣ ਦੀ ਕੋਸ਼ਿਸ਼ ਕਰੋ। 10ਵੇਂ ਪਾਤਸ਼ਾਹ ਨੂੰ ਭਾਰਤ ਦਾ ਰਾਸ਼ਟਰ ਪਿਤਾ, ਮੈਂ ਜਿਹੜੀਆਂ ਅੰਬੇਡਕਰ ਜਥੇਬੰਦੀਆਂ ਉਹਨਾਂ ਨਾਲ ਗੱਲ ਕੀਤੀ ਸੀ, ਮੈਂ ਕਿਹਾ ਬੁੱਧ ਧਰਮ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਜਿੰਨਿਆਂ ਨੇ ਵੀ ਸ਼ੂਦਰਾਂ ਲਈ ਕੰਮ ਕੀਤਾ, ਉਹਨਾਂ ਵਿੱਚੋਂ ਜਿਹਦੀ ਵੱਧ ਕੁਰਬਾਨੀ ਹੋਊਗੀ ਉਹ ਭਾਰਤ ਦਾ ਰਾਸ਼ਟਰ ਪਿਤਾ ਬਣ ਜਾਊ। ਹੁਣ 10ਵੇਂ ਪਾਤਸ਼ਾਹ ਦੀ ਸਭ ਤੋਂ ਵੱਧ ਕੁਰਬਾਨੀ, ਹੋਰ ਕਿਸੇ ਦੀ? ਸਾਰੇ ਸਾਡੇ ਲਈ ਰਿਸਪੈਕਟ ਕਰਦੇ ਹਾਂ, ਅਸੀਂ ਸਾਰਿਆਂ ਦੀ ਰਿਸਪੈਕਟ ਕਰਦੇ ਹਾਂ, ਸਾਡੇ ਸਾਰੇ ਹੀਰੋ ਨੇ, ਪਰ ਜਿਹੜੀ ਸਭ ਤੋਂ ਵੱਧ ਕੁਰਬਾਨੀ ਆ ਉਹ 10ਵੇਂ ਪਾਤਸ਼ਾਹ ਦੀ ਆ। ਇਸ ਕਰਕੇ ਭਾਰਤ ਦਾ ਜਿਹੜਾ ਸਰਬਸੰਮਤੀ ਦੇ ਨਾਲ ਆ ਉਹ 10ਵੇਂ ਪਾਤਸ਼ਾਹ ਰਾਸ਼ਟਰਪਿਤਾ ਬਣੂਗਾ ਔਰ ਭਾਰਤ ਦਾ ਗ੍ਰੰਥ ਵੀ ਗੁਰੂ ਗ੍ਰੰਥ ਸਾਹਿਬ ਬਣੂਗਾ। ਪਰ ਮਿੱਤਰੋ ਕੋਸ਼ਿਸ਼ ਨਹੀਂ ਕਰ ਰਹੇ ਅਸੀਂ ਜੱਫੀਆਂ ਪਾਉਣ ਦੀ ਕੋਸ਼ਿਸ਼ ਨਹੀਂ ਕਰ ਰਹੇ, ਅਸੀਂ ਭਾਰਤ ਵੱਲ ਨੂੰ ਵੱਧ ਨਹੀਂ ਰਹੇ, ਅਸੀਂ ਹਊਆ ਪਾਇਆ ਕਿ ਹਿੰਦੂ ਰਾਸ਼ਟਰ ਬਣਾ ਲੈਣਾ ਇਹਨਾਂ ਨੂੰ। ਉਹਨਾਂ ਦੇ ਪੱਲੇ ਇੰਨੀ ਜਾਨ ਨਹੀਂ ਜਿੰਨਾ ਤੁਹਾਡੇ ਚ ਤੁਹਾਡੀ ਸੋਚ ਤਕੜੀ ਆ, ਤੁਹਾਡਾ ਫਲਸਫਾ ਬਹੁਤ ਤਕੜਾ, ਪਰ ਤੁਸੀਂ ਇਹਨੂੰ ਆਪਣੇ ਅੰਦਰ ਹੀ ਸਮਾ ਕੇ ਬੈਠੇ, ਗਾਹਾਂ ਨਹੀਂ ਲੈ ਕੇ ਜਾਂਦੇ, ਇਹ ਤੁਹਾਡਾ ਕਸੂਰ ਆ। ਅਗਰ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਸੋਚ ਭਾਰਤ ਤੇ ਨਹੀਂ ਲੈ ਕੇ ਜਾਂਦੇ, ਮੈਂ ਇਹ ਡਿਕਲੇਅਰ ਕਰਦਾ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਸੋਚ ਨਾਲ ਗਦਾਰੀ ਕਰ ਰਹੇ ਹਾਂ, ਅਸੀਂ ਗੱਲਾਂ ਬਾਤਾਂ ਨਾਲ ਕਹਿ ਰਹੇ ਹਾਂ ਦੁਨੀਆਂ ਦਾ ਗ੍ਰੰਥ ਹੈ, ਪਰ ਅਸੀਂ ਲਾਗੂ ਭਾਰਤ ਵਿੱਚ ਕੁਝ ਕਰਨਾ ਚਾਹੁੰਦੇ, ਇਹ ਗਦਾਰੀ ਕਰ ਰਹੇ ਹਾਂ। ਜੀ ਭਾਈ ਸਾਹਿਬ ਜੀ, ਬਹੁਤ ਵਧੀਆ ਵਿਚਾਰ ਤੁਸੀਂ ਸਾਡੇ ਪ੍ਰੋਗਰਾਮ ਚ ਦਿੱਤੇ, ਇੱਥੇ ਸਾਡੇ ਪ੍ਰੋਗਰਾਮ ਦਾ ਸਮਾਂ ਵੀ ਸਮਾਪਤ ਹੈ। ਸਰੋਤਿਓ, ਬਹੁਤ ਵਧੀਆ ਗੱਲਬਾਤ ਆਪਾਂ ਅੱਜ ਸੁਣੀ ਆ, ਵਿਚਾਰ ਕੀਤੇ ਔਰ ਸੋਚਣ ਲਈ ਮਜਬੂਰ ਹੋਏ ਆ, ਕਿਉਂਕਿ ਭਾਈ ਦਿਲਬਾਗ ਸਿੰਘ ਜੀ ਨੇ ਜੋ ਗੱਲਾਂ ਸਾਨੂੰ ਦੱਸੀਆਂ ਨੇ ਬੜੀਆਂ ਕੌੜੀਆਂ ਵੀ ਨੇ, ਕੋਰੀਆਂ ਵੀ ਨੇ ਔਰ ਬਹੁਤ ਹੀ ਗਹਿਰਾਈ ਵਾਲੀਆਂ ਨੇ, ਇਹ ਕੋਈ ਓਪਰੀਆਂ ਗੱਲਾਂ ਨਹੀਂ, ਤੁਸੀਂ ਇਹਨਾਂ ਨੂੰ ਸੁਣੋ, ਵਿਚਾਰੋ। ਮੈਂ ਵਾਰ ਵਾਰ ਭਾਈ ਦਿਲਬਾਗ ਸਿੰਘ ਹੁਣਾਂ ਨੂੰ ਫਿਰ ਵੀ ਆਪ ਜੀ ਦੇ ਰੂਬਰੂ ਕਰਦਾ ਰਹਾਂਗਾ। ਗੱਲ ਇਹ ਨਿਕਲ ਕੇ ਆਈ ਆ ਕਿ ਬੇਗਮਪੁਰਾ ਔਰ ਖਾਲਸਾ ਰਾਜ ਦਾ ਜਿਹੜਾ ਕੰਸੈਪਟ ਆ ਉਹ ਬਿਲਕੁਲ ਸੇਮ ਟੂ ਸੇਮ ਆ, ਉਹਦੇ ਵਿੱਚ ਕੋਈ ਅੰਤਰ ਨਹੀਂ। ਨੰਬਰ 2, ਇਹ ਗੱਲ ਨਿਕਲ ਕੇ ਆਈ ਆ ਕਿ ਸਿੱਖਾਂ ਨੂੰ ਔਰ ਅੰਬੇਦਕਰੀ ਜਥੇਬੰਦੀਆਂ ਨੂੰ ਇੱਕ ਦੂਜੇ ਦੇ ਕਰੀਬ ਆਉਣਾ ਪੈਣਾ ਜੇਕਰ ਹਿੰਦੂ ਰਾਸ਼ਟਰਵਾਦ ਦਾ ਜਿਹੜਾ ਬਘਿਆੜ ਸਾਡੇ ਸਿਰ ਦੇ ਉੱਤੇ ਕੂਕ ਰਿਹਾ, ਜੇ ਉਸ ਨੂੰ ਠੱਲ ਪਾਉਣੀ ਆ ਤੇ ਅੰਬੇਦਕਰੀ ਜਥੇਬੰਦੀਆਂ ਨੂੰ ਤੇ ਸਿੱਖ ਭਰਾਵਾਂ ਨੂੰ ਜੱਫੀਆਂ ਪਾਉਣੀਆਂ ਪੈਣੀਆਂ, ਇੱਕ ਦੂਜੇ ਤੱਕ ਪਹੁੰਚਣਾ ਪੈਣਾ। ਗੁਰੂ ਗ੍ਰੰਥ ਸਾਹਿਬ ਦੀ ਸੋਚ ਨੂੰ ਸਿੱਖ ਧਰਮ ਤੱਕ ਹੀ ਸੀਮਤ ਨਹੀਂ ਰੱਖਣਾ ਚਾਹੀਦਾ, ਇਸ ਨੂੰ ਸਾਰਿਆਂ ਨਾਲ ਸਾਂਝਾ ਕਰਨਾ ਚਾਹੀਦਾ, ਸਰਬ ਸਾਂਝੀਵਾਲਤਾ ਦਾ ਜਿਹੜਾ ਸੰਦੇਸ਼ ਦੇਣਾ ਚਾਹੀਦਾ। ਸੋ ਇੱਥੇ ਸਾਡਾ ਪ੍ਰੋਗਰਾਮ ਸਮਾਪਤ ਆ, ਅਸੀਂ ਬਹੁਤ ਧੰਨਵਾਦੀ ਹਾਂ ਭਾਈ ਦਿਲਬਾਗ ਸਿੰਘ ਜੀ ਸਿਆਟਲ ਵਾਲਿਆਂ ਦੇ, ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਸਾਡੇ ਨਾਲ ਬੇਗਮਪੁਰਾ ਤੇ ਖਾਲਸਾ ਰਾਜ ਬਾਰੇ ਵਿਚਾਰਾਂ ਕੀਤੀਆਂ। ਬਹੁਤ ਧੰਨਵਾਦੀ ਹਾਂ ਸਰੋਤਿਆਂ ਦੇ ਜਿਨ੍ਹਾਂ ਨੇ, ਜੀ ਭਾਈ ਸਾਹਿਬ ਜੀ ਬਹੁਤ ਧੰਨਵਾਦੀ ਹਾਂ ਸਰੋਤਿਆਂ ਦੇ ਵੀ ਜਿਨ੍ਹਾਂ ਨੇ ਸਾਡਾ ਪ੍ਰੋਗਰਾਮ ਇੰਨੇ ਧਿਆਨ ਦੇ ਨਾਲ ਸੁਣਿਆ, ਤੇ ਇਸੇ ਤਰ੍ਹਾਂ ਸਾਨੂੰ ਪਿਆਰ ਤੇ ਸਤਿਕਾਰ ਬਖਸ਼ਦੇ ਰਿਹਾ ਕਰੋ, ਆਪਾਂ ਵਿਚਾਰ ਚਰਚਾ ਕਰਦੇ ਰਹਾਂਗੇ, ਅੱਗੇ ਵੀ ਆਪਾਂ ਵਿਚਾਰ ਚਰਚਾ ਦੀ ਲੜੀ ਦੇ ਵਿੱਚ ਜੁੜਦੇ ਰਹਾਂਗੇ। ਸੋ ਇੱਥੇ ਹੀ ਪ੍ਰੋਗਰਾਮ ਸਮਾਪਤ ਹੈ, ਫਤਿਹ ਅਰਜ਼ ਕਰਦਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।